ਸਤਿ ਸ੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਤਖ਼ਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਉੱਘੇ ਸਿਆਸੀ ਮਾਹਿਰ ਪ੍ਰੋਫੈਸਰ ਮਨਜੀਤ ਸਿੰਘ ਜੀ ਮੌਜੂਦ ਨੇ। ਹੁਣ ਤੱਕ ਦੀਆਂ ਵੱਡੀਆਂ ਖਬਰਾਂ ਤੇ ਵੱਡੇ ਮੁੱਦਿਆਂ ਉੱਤੇ ਚਰਚਾ ਕਰਾਂਗੇ। ਉਮੀਦ ਹੈ ਕਿ ਤੁਸੀਂ ਆਪਣੇ ਵਿਚਾਰ ਪੰਜਾਬੀ ਚ ਕਮੈਂਟ ਕਰੋਗੇ ਤੇ ਲਾਈਕ ਸ਼ੇਅਰ ਜ਼ਰੂਰ ਕਰੋਗੇ। ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ। ਬਹੁਤ ਬਹੁਤ ਧੰਨਵਾਦ ਸੁਖਵਿੰਦਰ ਜੀ। ਧੰਨਵਾਦ। ਵੱਡੀ ਗੱਲ ਇਹ ਹੈ ਕਿ ਹੁਣ ਪ੍ਰਧਾਨ ਮੰਤਰੀ ਮੋਦੀ ਸਾਹਿਬ ਆਪਣੇ 2 ਦਿਨ ਦਾ ਪੰਜਾਬ ਦੌਰਾ ਕਰਕੇ ਦਿੱਲੀ ਨੂੰ ਵਾਪਸ ਮੁੜ ਗਏ ਤੇ ਪੰਜਾਬ ਦੀ ਹਵਾ ਕੀ ਕਹਿੰਦੀ ਹੈ ਪ੍ਰਧਾਨ ਮੰਤਰੀ ਸਾਹਿਬ ਦੇ ਆਉਣ ਤੋਂ ਬਾਅਦ? ਅਗਲੇ ਦਿਨਾਂ ਦੇ ਵਿੱਚ ਹੋਰ ਵੀ ਬਹੁਤ ਵੱਡੇ ਲੀਡਰ, ਕੇਜਰੀਵਾਲ ਸਾਹਿਬ ਹੋ ਗਏ ਜਾਂ ਰਾਹੁਲ ਗਾਂਧੀ ਹੋ ਰਹੇ, ਸਾਰੇ ਹੁਣ ਪੰਜਾਬ ਵੱਲ ਨੂੰ ਆਉਣਗੇ। ਅੱਜ 6ਵੇਂ ਗੇੜ ਦੀ ਇਲੈਕਸ਼ਨ ਵੀ ਆ, ਹਰਿਆਣੇ ਦੇ ਵਿੱਚ ਵੀ ਵੋਟਾਂ ਪੈ ਰਹੀਆਂ। ਉਸ ਹਵਾ ਦਾ ਪ੍ਰਭਾਵ ਪੰਜਾਬ ਦੇ ਉੱਤੇ ਕਿੱਦਾਂ ਦਾ ਪੈਣਾ? ਕਿਉਂਕਿ ਜਦੋਂ ਪੰਜਾਬ ਦੇ ਕਿਸਾਨ ਤੇ ਹਰਿਆਣੇ ਦੇ ਕਿਸਾਨ ਦਿੱਲੀ ਬਾਰਡਰਾਂ ਤੇ ਰਹੇ, ਤੋ ਇੱਕ ਸਾਂਝ ਵੀ ਹੁੰਦੀ ਹੈ ਨਾ ਕਿ ਪੁੱਛ ਲੈਂਦੇ ਨੇ ਅਗਲੇ ਇੱਥੇ ਆਪਣੇ ਰਿਸ਼ਤੇਦਾਰਾਂ ਤੋਂ ਜਾਂ ਕਿਸਾਨਾਂ ਤੋਂ ਜਾਂ ਹੋਰ ਪਿੰਡਾਂ ਦੇ ਵਿੱਚੋਂ ਕਿ ਕੀ ਚੱਲਦਾ ਤੁਹਾਡੇ ਇੱਥੇ ਪੰਜਾਬ 'ਚ, ਆਮ ਆਦਮੀ ਪਾਰਟੀ ਸਰਕਾਰ ਕਿੱਦਾਂ ਹੈ ਜਾਂ ਅਕਾਲੀਆਂ ਦਾ ਸਟੈਂਡ ਕਿੱਦਾਂ ਦਾ? ਹਾਲਾਂਕਿ ਹਰਿਆਣੇ ਦੇ ਵਿੱਚ ਇਹਨਾਂ ਦਾ ਉਹੋ ਜਿਹਾ ਕੁਝ ਨਹੀਂ ਹੈਗਾ, ਪਰ ਬੀਜੇਪੀ ਤੇ ਕਾਂਗਰਸ ਨੂੰ ਲੈ ਕੇ ਵੀ ਚਰਚਾਵਾਂ ਇੱਧਰ ਉੱਧਰ ਜ਼ਰੂਰ ਫਲੋ ਕਰਦੀਆਂ ਹੋਣੀਆਂ ਕਿ ਕਿੱਦਾਂ ਦੀ ਹਵਾ ਚੱਲ ਰਹੀ ਹੈ। ਪ੍ਰੋਫੈਸਰ ਸਾਹਿਬ, ਮੈਂ ਚਾਹਾਂਗਾ ਕਿ ਅਸੀਂ ਉਸ ਹਵਾ ਦੀ ਗੱਲ ਇਸ ਕਰਕੇ ਕਿ ਪ੍ਰਧਾਨ ਮੰਤਰੀ ਸਾਹਿਬ ਆਏ ਸੀ ਤੇ ਕੀ ਉਹਦੇ ਨਾਲ ਕੋਈ ਫਰਕ ਪਿਆ? ਜਿਸ ਤਰੀਕੇ ਨਾਲ ਵਿਰੋਧੀਆਂ ਨੂੰ ਨਿਸ਼ਾਨੇ ਤੇ ਲੈਂਦੇ, ਨਸ਼ਿਆਂ ਦੇ ਮੁੱਦੇ ਚੁੱਕਦੇ ਨੇ, ਕੇਜਰੀਵਾਲ ਸਾਹਿਬ ਨੂੰ ਵੀ ਨਿਸ਼ਾਨੇ ਤੇ ਲੈ ਲਿਆ, ਭਗਵੰਤ ਮਾਨ ਸਾਹਿਬ ਨੂੰ ਵੀ ਲੈ ਲਿਆ, ਕਦੇ ਮੈਨੂੰ ਲੱਗਦਾ ਆਪਣੇ ਅੰਦਰ ਇਹਨਾਂ ਨੇ ਝਾਤ ਨਹੀਂ ਮਾਰੀ ਕਿ ਅਸੀਂ ਕੀ ਕਰ ਰਹੇ ਹਾਂ ਤੇ ਅਸੀਂ ਕੀ ਕਰਨ ਦੀ ਸੋਚੀ ਬੈਠੇ ਹਾਂ। ਸੁਖਵਿੰਦਰ, ਜਦੋਂ ਲੀਡਰ ਵੱਡੇ ਆਉਂਦੇ ਆ ਉਹਦੇ ਕਈ ਮਕਸਦ ਹੁੰਦੇ ਆ, ਕੱਲਾ ਇਹੋ ਹੀ ਨਹੀਂ ਕਿ ਵੋਟਾਂ ਬਣਾਉਣੀਆਂ ਤੇ ਕੈਂਡੀਡੇਟ ਨੂੰ ਜਿਤਾਉਣਾ। ਜਿਹੜੇ ਉਹਨਾਂ ਦੇ ਆਲਰੇਡੀ ਵੋਟਾਂ ਹੁੰਦੀਆਂ, ਕਾਡਰ ਹੁੰਦਾ ਆ, ਉਹਨਾਂ ਨੂੰ ਉਤਸ਼ਾਹਿਤ ਕਰਨਾ ਤੇ ਉਹ ਵੋਟਾਂ ਬਚਾਉਣੀਆਂ ਵੀ ਹੁੰਦੀਆਂ। ਇਸ ਲਈ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਹੋ ਜਿਹਾ ਵੱਡਾ ਹੁਲਾਰਾ ਮਿਲ ਗਿਆ ਤੇ ਹਨੇਰੀ ਝੁੱਲ ਗਈ, ਪ੍ਰਧਾਨ ਮੰਤਰੀ ਆ ਗਿਆ ਤੇ ਉਹਨਾਂ ਦੇ ਚਿਹਰੇ ਦੇ ਦਰਸ਼ਨ ਕਰਕੇ ਲੋਕ ਬਾਗੋ ਬਾਗ ਹੋ ਗਏ ਤੇ ਉਹ ਤੇ ਕਹਿੰਦੇ ਕਿ ਅਸੀਂ ਹੁਣ ਸਾਰੇ ਪੰਜਾਬ 'ਚ ਹੀ ਕਮਲ ਹੀ ਖਿਲਾ ਦੇਣਾ ਆ, ਹੈ ਨਾ, ਜਿਸ ਤਰ੍ਹਾਂ ਮਰਜ਼ੀ ਇੰਨੀ ਧੁੱਪ ਹੋਵੇ ਤਾਂ ਵੀ ਪਾਣੀ ਪੂਣੀ ਲਾ ਕੇ ਅਸੀਂ ਖਿਲਾ ਦੇਣਾ। ਇਹੋ ਜਿਹਾ ਤੇ ਕੋਈ ਗੱਲ ਹੁੰਦੀ ਨਹੀਂ ਹੈ। ਉਹਨਾਂ ਨੇ ਆਪਣੀ ਦੇਖੋ 3 ਰੀਜਨ ਹੈਗੇ ਆ, ਮਾਲਵਾ, ਮਾਝਾ, ਦੁਆਬਾ, ਤਿੰਨਾਂ ਜਗ੍ਹਾ ਤੇ ਇੱਕ ਰੈਲੀ ਕਰਕੇ ਖਾਨਾ ਪੂਰਤੀ ਕਰ ਦਿੱਤੀ ਹੈ। ਔਰ ਮੀਡੀਆ ਦੇ ਵਿੱਚ ਸ਼ੋਰ ਸ਼ਰਾਬਾ ਹੋ ਜੂਗਾ, ਗੱਲਾਂ ਕਸੀਆਂ ਪਿੱਟੀਆਂ ਆ, ਉਹੀ ਪੁਰਾਣੀਆਂ, ਸਾਸੀ ਕਿਸਾਨਾਂ ਦੇ ਬਹੁਤ ਆ, ਮੈਂ ਤੇ ਇੱਥੋਂ ਦਾ ਹੀ ਹਾਂ, ਮੇਰਾ ਤੇ ਪੰਜਾਬ ਦੇ ਨਾਲ ਗੂੜਾ ਰਿਸ਼ਤਾ ਆ, ਇੰਨਾ ਗੂੜਾ ਆ ਕਿ ਤੁਸੀਂ ਵੀ ਨਹੀਂ, ਤੁਹਾਡਾ ਵੀ ਨਹੀਂ ਹੋਣਾ ਹੈ। ਇਹੋ ਜਿਹੀ ਗੱਲ ਨਹੀਂ ਕਹੀ ਉਂਝ, ਪਰ ਮਤਲਬ ਉਹ ਕਹਿਣ ਤੱਕ ਇਹੋ ਜਿਹੀ ਗੱਲ ਹੀ ਜਾਂਦੇ। ਜਿਵੇਂ ਕੱਲ ਆਪਣਾ ਪਟਿਆਲੇ 'ਚ ਕਹਿ ਦਿੱਤਾ ਸੀਗਾ ਕਿ ਮੈਂ ਤੇ ਇੱਥੋਂ ਦੇ ਇੰਨਾ ਜ਼ਿਆਦਾ ਮੇਰਾ ਖੂਨ ਕਾ ਰਿਸ਼ਤਾ ਹੈ ਪੰਜਾਬ ਕੇ ਸਾਥ, ਕਿਉਂਕਿ ਜਿਹੜੇ ਪੰਜਾਂ ਪਿਆਰਿਆਂ ਦੀ ਵੰਸ਼ ਦੇ ਵਿੱਚੋਂ ਮੇਰਾ ਪਰਿਵਾਰ ਆ, ਪਤਾ ਨਹੀਂ ਹੁਣ ਕਿਹੜੇ ਪਾਂਡੇ ਨੇ ਇਹਨਾਂ ਨੂੰ ਦੱਸਿਆ। ਇਸ ਕਿਸਮ ਦੀਆਂ ਉਹ ਗੱਲਾਂ ਕੋਸ਼ਿਸ਼ ਕਰ ਰਹੇ ਆ ਕਿ ਜਿਹੜੇ ਲੋਕ ਬੇਵਿਸ਼ਵਾਸੀ ਪੈਦਾ ਹੋਈ ਆ, ਖਾਸ ਕਰਕੇ ਪੇਂਡੂ ਲੋਕਾਂ ਦੇ ਵਿੱਚ, ਜਿਹੜੀਆਂ ਰੋਜ਼ ਕਾਲੀਆਂ ਝੰਡੀਆਂ ਨਾਲ ਸਵਾਗਤ ਇਹਨਾਂ ਦੇ ਕੈਂਡੀਡੇਟਾਂ ਦਾ, ਇਹਨਾਂ ਦੇ ਲੀਡਰਾਂ ਦਾ ਹੁੰਦਾ, ਉਸ ਨੂੰ ਹਲਕਾ ਕਿਵੇਂ ਕੀਤਾ ਜਾਏ, ਉਸ ਨੂੰ ਥੋੜ੍ਹਾ ਜਿਹਾ ਲੋਕਾਂ ਦੇ ਵਿੱਚ ਭਰੋਸਾ ਬਣਾਉਣ ਦੀ ਕੋਸ਼ਿਸ਼ ਵੱਲੋਂ ਕੀਤਾ ਗਿਆ, ਮੈਂ ਕਿਸਾਨਾਂ ਲਈ ਇੰਨਾ ਕੁਝ ਕਰਤਾ, ਇੰਨਾ ਕੁਝ ਹੋਰ ਕਰਾਂਗੇ। ਪਰ ਜਿਹੜੀ ਸਭ ਤੋਂ ਹੈਰਾਨੀ ਵਾਲੀ ਗੱਲ ਹੈ, ਜੇ ਤੁਸੀਂ ਨੋਟਿਸ ਕੀਤਾ ਹੋਵੇ ਤਾਂ ਮੈਨੂੰ ਦੱਸਿਓ, ਕਿਉਂਕਿ ਮੈਂ ਬਹੁਤ ਬਿਜ਼ੀ ਸੀਗਾ, ਪ੍ਰਧਾਨ ਮੰਤਰੀ ਨੇ ਕੀ ਲੋਕਾਂ ਨੂੰ, ਪੰਜਾਬ ਨੂੰ ਕੋਈ ਸਪੈਸ਼ਲ ਪੈਕੇਜ ਦਾ ਅਨਾਊਂਸਮੈਂਟ ਕੀਤੀ ਆ, ਕੋਈ ਕਰਜ਼ੇ ਦੀ ਮਾਫ਼ੀ ਦੀ ਗੱਲ ਕੀਤੀ ਆ, ਕੋਈ ਜੋ ਸੁਨੀਲ ਜਾਖੜ ਜੀ ਕੱਲ੍ਹ ਬੜੇ ਤਵੱਜੋ ਦਵਾ ਰਹੇ ਸੀ ਪ੍ਰਧਾਨ ਮੰਤਰੀ ਦੀ, ਕਿ ਉਹਦਾ ਕੋਈ ਉਹਨਾਂ ਨੇ ਇਹੋ ਜਿਹਾ ਕੀਤਾ, ਇਹ ਸਾਰੀਆਂ ਗੱਲਾਂ ਪਤਾ ਲੈਣ ਵਾਲੀਆਂ ਹੈਗੀਆਂ। ਮੈਨੂੰ ਲੱਗਦਾ ਕਿ ਉਹਨਾਂ ਦੇ ਅੱਲੇ ਪੱਲੇ ਕੋਈ ਨਹੀਂ ਤੇ ਆਉਂਦਿਆਂ ਹੀ ਧਮਾਕਾ ਉਹਨਾਂ ਨੇ ਪਟਿਆਲੇ ਤੋਂ ਇਸੇ ਗੱਲ ਦਾ ਹੀ ਕਰਨਾ ਸੀ ਕਿ ਮੈਂ ਆਹ ਕਰੂੰਗਾ, ਮੈਂ ਆਹ, ਜਿਵੇਂ ਇੱਕ ਵਾਰੀ ਪਟਨੇ ਜਾ ਕੇ ਕਰਦੇ ਸੀ ਆਪਣਾ ਪੈਰ ਜਮਾਉਣ ਲਈ, ਬੋਲੋ ਕਿਤਨਾ ਪੈਸਾ ਚਾਹੀਏ,
50 ਕਰੋੜ 60 ਕਰੋੜ 70 ਕਰੋੜ ਉਹ ਫਿਰ ਲਾਲੂ ਨੇ ਉਹਦਾ ਮਜ਼ਾਕ ਉਡਾਇਆ ਸੀ ਲਾ 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 ਕਰਤਾ ਮਗਰ ਮਗਰੋਂ ਮਤਲਬ ਹੈ ਨਾ ਕਹਿੰਦਾ ਕਿ ਇਸ ਤਰੀਕੇ ਨਾਲ ਕੋਈ ਪ੍ਰਧਾਨ ਮੰਤਰੀ ਇੱਕ ਬੋਲੀ ਲੱਗ ਰਹੀ ਹੈ ਕੋਈ ਆਕਸ਼ਨ ਹੋ ਰਹੀ ਹੈ ਸਟੇਟ ਦੀ ਕਈ ਇੱਕ ਪਾਲਿਸੀ ਹੁੰਦੀ ਹੈ ਸਟੇਟ ਗੌਰਮੈਂਟ ਕਿਸੇ ਲਾਅ ਦੇ ਨਾਲ ਹੁੰਦੀ ਹੈ ਕਿ ਕੋਈ ਰਜਵਾੜਾ ਸ਼ਾਹੀ ਥੋੜ੍ਹੀ ਹੈ ਕੋਈ ਵੀ ਗੌਰਮੈਂਟ ਕੇਂਦਰ ਦੀ ਹੈ ਸਟੇਟ ਦੀ ਗੌਰਮੈਂਟ ਆ ਉਹ ਕਿਸੇ ਕਾਨੂੰਨ ਦੇ ਤਹਿਤ ਚੱਲਦੀ ਹੈ ਅਤੇ ਉਹ ਇੱਕ ਬਕਾਇਦਾ ਕਾਨੂੰਨ ਦੇ ਤਹਿਤ ਹੀ ਸਾਰਾ ਕੁਝ ਕੀਤਾ ਜਾ ਸਕਦਾ ਹੁੰਦਾ ਕੋਈ ਆਪਣੀ ਮਰਜ਼ੀ ਨਾਲ ਇੰਝ ਕਰ ਸਕਦਾ ਹੁੰਦਾ ਕਿੰਨਾ ਚਾਹੀਦਾ ਦੱਸ ਬਈ ਲੈ ਭਈਆ ਥੋੜ੍ਹਾ ਜਿਹਾ ਹੋਰ ਲੈ ਲਾ ਕੋਈ ਗੱਲ ਨਹੀਂ ਤੂੰ ਜ਼ਿਆਦਾ ਭੁੱਖਾ ਆ ਉਹਨੂੰ ਉਸ ਕਿਸਮ ਦੀਆਂ ਗੱਲਾਂ ਦਾ ਜਿਹੜਾ ਇੱਕ ਸ਼ਾਇਦ ਇੱਥੇ ਕੋਈ ਉਮੀਦ ਬੀਜੇਪੀ ਵਾਲੇ ਲਾ ਕੇ ਬੈਠੇ ਹੁਣ ਉਹ ਤਾਂ ਨਹੀਂ ਹੈ ਚਲੋ ਜਿਹੜੇ ਉਹਨਾਂ ਦਾ ਕੱਢ ਰਿਹਾ ਜਿਹੜੇ ਉਹਨਾਂ ਦੇ ਲੋਕ ਹੈ ਅਰਬਨ ਏਰੀਏ ਦੇ ਵਿੱਚ ਫਿਰੋਜ਼ਪੁਰ ਦੇ ਫਾਜ਼ਿਲਕਾ ਅਬੋਹਰ ਜਾਂ ਜਿੱਥੇ ਜਿੱਥੇ ਵੀ ਖਾਸ ਕਰ ਹਿੰਦੂ ਬਰਾਦਰੀ ਦੇ ਵਿੱਚ ਹੈਗੇ ਆ ਬਹੁਤ ਸਾਰੇ ਸਿੱਖ ਵੀ ਇਸ ਵੇਲੇ ਤੇ ਬੀਜੇਪੀ ਦਾ ਕਮਲ ਚੱਕੀ ਫਿਰਦੇ ਆ ਇਹ ਸਾਰਿਆਂ ਦਾ ਮਿਲਾ ਕੇ ਅਰਬਨ ਹੋਣ ਜਾਂ ਰੂਰਲ ਹੋਣ ਖਾਸ ਕਰਕੇ ਉਹਨਾਂ ਨੂੰ ਇੱਕ ਉਤਸ਼ਾਹਿਤ ਕਰਨ ਲਈ ਕਿ ਮੈਂ ਕੋਈ ਚੰਨੀ ਦੇ ਉਹ ਬੜੀ ਪਿਛਲੀ ਰੈਲੀ ਦਾ ਜਿਸ ਤਰੀਕੇ ਨਾਲ ਮੈਨੂੰ ਵਾਪਸ ਜਾਣਾ ਪਿਆ ਸੀ ਤੇ ਕਹਿੰਦੇ ਸੀ ਕਿ ਮੈਂ ਬਚ ਕੇ ਨਿਕਲ ਗਿਆ ਚੰਨੀ ਨੂੰ ਦੱਸ ਦਿਓ ਵੀ ਮੈਂ ਡਰਦਾ ਡੁਰਦਾ ਨਹੀਂ ਹਾਂ ਮੈਂ ਵੀ ਜਦੋਂ ਪੱਗ ਬੰਨ ਲੈਂਦਾ ਹਾਂ ਤਾਂ ਫਿਰ ਮੈਂ ਵੀ ਬਾਕੀ ਸ਼ੇਰਾਂ ਨਾਲੋਂ ਘੱਟ ਨਹੀਂ ਹਾਂ ਨਾ ਭਾਵੇਂ ਮੇਰਾ ਨਰਿੰਦਰ ਮੋਦੀ ਆ ਨਰਿੰਦਰ ਸਿੰਘ ਮੋਦੀ ਨਹੀਂ ਹੈਗਾ ਪਰ ਫਿਰ ਵੀ ਮੈਂ ਦੂਜਿਆਂ ਵਾਂਗੂ ਵਿੱਚ ਰਲ ਮਿਲ ਕੇ ਉਸ ਕਿਸਮ ਦਾ ਪ੍ਰਭਾਵ ਜ਼ਰੂਰ ਛੱਡਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਠੀਕ ਹੈ ਜੋ ਵੀ ਹੈ ਸਾਨੂੰ ਤਾਂ ਜਿਸ ਤਰ੍ਹਾਂ ਵੀ ਆਉਣ ਉਹ ਮੋਦੀ ਬਣ ਕੇ ਆਉਣ ਸਰਦਾਰ ਬਣ ਕੇ ਆਉਣ ਜਾਂ ਕੁਛ ਵੀ ਬਣ ਕੇ ਆਉਣ ਸਾਡੇ ਲਈ ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਹੈ ਉਹ ਉਹਨਾਂ ਦੀ ਬਾਕੀ ਆਪਣੀ ਚੋਇਸ ਹੈ ਪੰਜਾਬ ਨੂੰ ਕੀ ਦਿੱਤਾ ਕੀ ਨਹੀਂ ਦਿੱਤਾ ਪੰਜਾਬ ਲਈ ਕੀ ਪਲੈਨਾਂ ਆ ਸਾਨੂੰ ਕੁਛ ਨਹੀਂ ਪਤਾ ਲੱਗਾ ਪਰ ਇਹ ਜ਼ਰੂਰ ਪਤਾ ਲੱਗਾ ਕਿ ਹਿੰਦੂ ਸਿੱਖ ਪਾਕਿਸਤਾਨ ਹਿੰਦੁਸਤਾਨ ਇਸ ਕਿਸਮ ਦੀਆਂ ਗੱਲਾਂ ਅਤੇ ਕਾਂਗਰਸ ਨੂੰ ਜਦ ਤੱਕ ਚਾਰ ਮਸਾਲੇਦਾਰ ਗਾਲਾਂ ਨਾ ਕੱਢੀਆਂ ਜਾਣ ਤੇ ਉਹਨਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਉਹ ਵੀ ਉਹਨਾਂ ਨੇ ਨੀਂਦ ਦੀ ਦਵਾਈ ਦਾ ਵੀ ਇੰਤਜ਼ਾਮ ਕੀਤਾ ਵੈਸੇ ਜਿੱਥੇ ਤੱਕ ਸਵਾਲ ਜਿਵੇਂ ਮੈਂ ਨਸ਼ਿਆਂ ਦੀ ਗੱਲ ਕੀਤੀ ਸੀਗੀ ਇਹ ਕਹਿੰਦੇ ਆਮ ਆਦਮੀ ਪਾਰਟੀ ਵਾਲਿਆਂ ਨੂੰ ਕਿ ਹੋਲਸੇਲ ਵਪਾਰੀ ਨੇ ਵੱਡੇ ਘੁਟਾਲੇ ਚ ਇਹਨਾਂ ਦੇ ਸੁਪਰੀਮੋ ਨੇ ਇਹਨਾਂ ਨੇ ਤਾਂ 2 ਜੂਨ ਨੂੰ ਜੇਲ੍ਹ ਚਲੇ ਜਾਣਾ ਆ ਇਹ ਸਾਰਾ ਕੁਝ ਜੇ ਪ੍ਰਧਾਨ ਮੰਤਰੀ ਸਾਹਿਬ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਡਰੱਗਸ ਦਾ ਧੰਦਾ ਜਿਹੜਾ ਆ ਉਹਦੇ ਜ਼ਰੀਏ ਕਿਵੇਂ ਕਾਰੋਬਾਰ ਸਾਰਾ ਕੁਝ ਚੱਲਦਾ ਤਾਂ ਫਿਰ ਈਡੀ ਨੇ ਉਸ ਕਿਸਮ ਦਾ ਸ਼ਿਕੰਜਾ ਕਿਉਂ ਨਹੀਂ ਕੱਸਿਆ ਜਾਂ ਫਿਰ ਹੋਰ ਏਜੰਸੀਆਂ ਜਾਂ ਬਾਰਡਰ ਦੇ ਉੱਤੇ ਇੰਨੀ ਵੱਡੀ ਫੋਰਸ ਲਾਈ ਹੈ ਉਹ ਕਿਉਂ ਨਹੀਂ ਰੋਕ ਪਾ ਰਹੀ ਇਹ ਬਹੁਤ ਵੱਡੇ ਸਵਾਲ ਖੜੇ ਹੁੰਦੇ ਨੇ ਅਮਿਤ ਸ਼ਾਹ ਵੀ ਉਦੋਂ ਜ਼ਿਕਰ ਕਰਦੇ ਸੀ ਕਿ ਪੰਜਾਬ ਦੇ ਵਿੱਚ ਇਹ ਇੱਕ ਬਹੁਤ ਵੱਡਾ ਮੁੱਦਾ ਆ ਤਾਂ ਫਿਰ ਕਿਉਂ ਨਹੀਂ ਇਹ ਤੇ ਕੰਮ ਕੀਤਾ ਜਾਂਦਾ ਕਿਉਂ ਸਿਰਫ ਤੱਕ ਸੀਮਤ ਨੇ ਸੁਖਵਿੰਦਰ ਕਿਸੇ ਨੇ ਕੁਛ ਨਹੀਂ ਕਰਨਾ ਇਹ ਤੇ ਲੋਕ ਹੀ ਉੱਠਣ ਲੋਕਾਂ ਦੇ ਵਿੱਚ ਇੱਕ ਨਵੀਂ ਜਾਗਰਤੀ ਆਏ ਉਹ ਮਿਲ ਕੇ ਜਿਵੇਂ ਪਿੱਛੇ ਜੇ ਇੱਕ ਵਾਰੀ ਪੰਚਾਇਤਾਂ ਨੇ ਸ਼ੁਰੂ ਕੀਤਾ ਸੀਗਾ ਉਸ ਕਿਸਮ ਦਾ ਕੋਈ ਹੱਲਾ ਬੋਲ ਕੰਮ ਚੱਲੇ ਕਿਸਾਨ ਯੂਨੀਅਨਾਂ ਪਿੰਡਾਂ 'ਚ ਬੜੀਆਂ ਤਕੜੀਆਂ ਆ ਉਹਨਾਂ ਨੂੰ ਇਸ ਮੁੱਦੇ ਦੇ ਉੱਤੇ ਕੁਝ ਆਪਣੇ ਤੌਰ 'ਤੇ ਇਵੋਲਵ ਕਰਨਾ ਚਾਹੀਦਾ ਅਤੇ ਸਰਕਾਰ ਦੀਆਂ ਗੋਠੜੀਆਂ ਲਵਾਉਣੀਆਂ ਚਾਹੀਦੀਆਂ ਇਹ ਕਿਉਂ ਨਹੀਂ ਕਰਦੇ ਮੈਂ ਉਹ ਦੱਸ ਦਿੰਦਾ ਤੁਹਾਨੂੰ ਪੁਲਿਸ ਦਾ ਕਾਰੋਬਾਰ ਇੱਕ ਵੱਡੇ ਸੈਕਸ਼ਨ ਦਾ ਇਹਨਾਂ ਗੱਲਾਂ 'ਤੇ ਚੱਲਦਾ ਬਹੁਤ ਸਸਤਾ ਬਹੁਤ ਸੌਖਾ ਅਤੇ ਬਹੁਤ ਵੱਡਾ ਅਮਾਊਂਟ ਆ ਡਰੱਗ ਦੇ ਵਿੱਚ ਗਾਂਹ ਤੋਂ ਗਾਂਹ ਹੁੰਦਾ ਆ ਕਿਵੇਂ ਜਿੱਥੇ ਜਿੱਥੋਂ ਲੀਕ ਕਰਕੇ ਲਿਆਉਣਾ ਉਹਨਾਂ ਦੀ ਹਿੱਸਾਪੱਤੀ ਜਿਨ੍ਹਾਂ ਨੇ ਗਾਂਹ ਪ੍ਰੋਟੈਕਸ਼ਨ ਕਰਕੇ ਥੱਲੇ ਤੱਕ ਪਹੁੰਚਾਉਣਾ ਉਹਨਾਂ ਦੀ ਹਿੱਸਾਪੱਤੀ ਅਤੇ ਗਾਂਹ ਪੋਲੀਟੀਸ਼ੀਨਾਂ ਦੀ ਹਿੱਸਾਪੱਤੀ ਤੁਹਾਨੂੰ ਯਾਦ ਹੋਣਾ ਪਿੱਛੇ ਜੇ ਇੱਕ ਬਿਆਨ ਦਿੱਤਾ ਸੀਗਾ ਕੁੰਵਰ ਵਿਜੇ ਪ੍ਰਤਾਪ ਉਹਨਾਂ ਨੇ ਕਿ ਦੇਖੋ ਜੀ ਕੁਝ ਪੁਲਿਸ ਅਫਸਰ ਔਰ ਉਹਨਾਂ ਨੇ ਸ਼ਾਇਦ ਮੈਨੂੰ ਜੇ ਗਲਤ ਨਾ ਹੋਵਾਂ ਤਾਂ ਰਾਘਵ ਚੱਡਾ ਦਾ ਵੀ ਨਾਂ ਲਿਆ ਸੀ ਕਿ ਇਸ ਮਾਮਲੇ ਵਿੱਚ ਇੱਥੇ ਵਿਕਾਉਣ ਦੇ ਵਿੱਚ ਚਿੱਟਾ ਵਿਕਾਉਣ ਜਾਂ ਡਰੱਗ ਦੇ
ਇਹ ਬੰਦੇ ਇੱਥੇ ਇਨਵੋਲਵਡ ਹੈਗੇ, ਕੋਈ ਕਿਸੇ ਨੇ ਤਵੱਜੋ ਨਹੀਂ ਦਿੱਤੀ, ਕੋਈ ਕਿਸੇ ਨੇ ਉਸਦਾ ਵਿਰੋਧਤਾ ਰੋਸ ਜਾਂ ਉਹਨੂੰ ਸ਼ੋਕਾ ਜੇ ਨੋਟਿਸ ਜਾਂ ਮਾਣ ਹਾਨੀ ਵੀ ਮੇਰਾ ਤਾਂ ਬਿਲਕੁਲ ਹੀ ਮਾਣ ਹੀ ਮਿੱਟੀ 'ਚ ਮਿਲਾ ਤਾ, ਉਹਦੀ ਹਾਨੀ ਹੋ ਗਈ ਆ, ਉਹ ਜੀ ਕੋਈ ਗੱਲ ਤੁਸੀਂ ਮੈਂ ਤਾਂ ਨਹੀਂ ਸੁਣੀ, ਉਹ ਚੁੱਪ ਹੀ ਰਹਿ ਗਏ ਕਿਉਂਕਿ ਆਪਣਾ ਐਮ ਐਲ ਏ ਆ, ਕਿਉਂਕਿ ਪੁਲਿਸ ਅਫਸਰ ਆ, ਕਿਉਂਕਿ ਸੋਲਿਡ ਫੈਕਟ 'ਤੇ ਗੱਲ ਕਰਦਾ। ਨਹੀਂ ਜਦੋਂ ਹਾਲਾਤ ਪੰਜਾਬ ਦੀ ਇਹ ਹੈ ਕਿ ਅੱਜ ਤੁਸੀਂ ਵੀ ਉਹ ਵੀਡੀਓ ਦੇਖੀ ਹੋਣੀ ਆ, ਮੈਂ ਵੀ ਵੀਡੀਓ ਦੇਖੀ ਹੋਣੀ, ਇੱਕੋ ਘਰ ਦੇ ਵਿੱਚ ਤਿੰਨ ਮੈਂਬਰ ਜਿਹੜੇ ਆ ਯੰਗ ਲੋਕ ਮਰ ਗਏ, ਰੋ ਰਹੀਆਂ, ਕਰਲਾ ਰਹੀਆਂ, ਦੁਆਥੜਾਂ ਮਾਰ ਰਹੀਆਂ, ਪਿੱਟ ਰਹੀਆਂ, ਬੇਹੋਸ਼ ਹੋ ਰਹੀਆਂ ਜਨਾਨੀਆਂ, ਗਰੀਬ ਲੋਕ ਹੈਗੇ ਆ, ਖਾਸ ਕਰਕੇ ਨੌਜਵਾਨ ਮਰ ਜਾਂਦੇ ਆ, ਅਤੇ ਜੇ ਨੌਜਵਾਨ ਪੀੜ੍ਹੀ ਮਰ ਗਈ ਗਾਂਹ ਤੁਹਾਡਾ ਕੀ ਹੋਣਾ, ਬਣਨਾ ਕੀ ਹੈ ਤੁਹਾਡਾ? ਇਸ ਗੱਲ ਦੀ ਚਿੰਤਾ ਕਿਸੇ ਨੂੰ ਨਹੀਂ ਹੈਗੀ, ਸਿਰਫ ਅਤੇ ਸਿਰਫ ਹੋਰ ਗੱਲਾਂ ਦੇਖੋ ਕਿੰਨੀਆਂ ਕਰਦੇ ਆ, ਮੰਦਰ ਨੂੰ ਬਾਬਰੀ ਵਾਲਾ ਤਾਲਾ ਲੱਗ ਜਾਏਗਾ, ਬੜੀ ਚਿੰਤਾ ਆ ਵੀ ਜਿਸ ਤਰੀਕੇ ਨਾਲ ਮੰਦਰ ਫਿਰ ਢਾਹਤਾ ਜਾਊਗਾ, ਮੰਗਲ ਸੂਤਰ ਲੈ ਲਏ ਜਾਣਗੇ, ਐਸ ਸੀ ਐਸ ਟੀ ਦੀ ਜਿਹੜੀ ਰਿਜ਼ਰਵੇਸ਼ਨ ਖਤਮ ਹੋ ਜੂ, ਉਹ ਭਰਾਵੋ ਕੋਈ ਉਹਦਾ ਆਧਾਰ ਤੇ ਦੱਸੋ ਵੀ ਕਿਵੇਂ ਖਤਮ ਹੋ ਜੂ, ਜਿਹੜੀ ਸੰਵਿਧਾਨ 'ਚ ਲਿਖੀ ਹੋਈ ਹੈ ਕਿਵੇਂ ਖਤਮ ਹੋ ਜੂਗੀ? ਤੁਸੀਂ ਜ਼ਰੂਰ ਬੀਜੇਪੀ ਨੇ ਜ਼ਰੂਰ ਖਤਮ ਕਰਤੀ ਹੈ, ਕਿਉਂਕਿ ਜਿੱਥੇ ਰਿਜ਼ਰਵੇਸ਼ਨ ਮਿਲਣੀ ਸੀ ਰੁਜ਼ਗਾਰ ਦੇ, ਉਹ ਤਾਂ ਥਾਂ ਹੀ ਬੰਦੇ ਹੀ ਪ੍ਰਾਈਵੇਟ ਕਰਤੇ ਆ, ਪ੍ਰਾਈਵੇਟਾਂ 'ਚ ਰਿਜ਼ਰਵੇਸ਼ਨ ਨਹੀਂ। ਅਸੀਂ ਤੁਹਾਨੂੰ ਤਾਂ ਮੰਨੀਏ ਕਿ ਜੇ ਤੁਸੀਂ ਇਹ ਕਹੋ ਕਿ ਅਸੀਂ ਰਿਜ਼ਰਵੇਸ਼ਨ ਪ੍ਰਾਈਵੇਟ ਸੈਕਟਰ ਦੇ ਵਿੱਚ ਵੀ ਲਾਗੂ ਕਰ ਰਹੇ, ਸਮਝ ਪੈ ਜਾਂਦੀ ਹੈ ਅਲੀਟ ਸੈਕਟਰ ਦੇ ਵਿੱਚ। ਦੂਜੇ ਪਾਸੇ ਜਦੋਂ ਰਾਹੁਲ ਗਾਂਧੀ ਇਹਨਾਂ ਗੱਲਾਂ ਨੂੰ ਕਰਦਾ ਹੈ ਕਿ ਦੇਖੋ ਜੀ ਮੈਂ ਮੀਡੀਆ ਦੇ ਵਿੱਚ ਦੱਸੋ ਮੈਨੂੰ, ਕੋਈ ਕਹਿੰਦਾ ਦਲਿਤ ਨਹੀਂ ਮਿਲਦੇ, ਐਸ ਸੀ ਐਸ ਟੀ ਨਹੀਂ ਮਿਲਦੇ, ਮੈਨੂੰ ਕੋਈ ਬਿਊਰੋਕਰੇਸੀ 'ਚ ਨਹੀਂ ਮਿਲਦੇ, ਵੱਡੇ ਪੁਲਿਸ ਅਫਸਰਾਂ 'ਚ ਨਹੀਂ ਮਿਲਦੇ, ਵੱਡੇ ਪ੍ਰੋਫੈਸ਼ਨਲ 'ਚ ਨਹੀਂ ਮਿਲਦੇ, ਅਤੇ ਇਹ ਜਿਹੜਾ ਇੱਕ ਪਾਸੜਾ ਵਿਕਾਸ ਆ ਉਹ ਕਹਿੰਦਾ ਕਿ ਮੈਂ, ਇਹ ਗੱਲ ਸਮਝ ਪੈਂਦੀ ਆ ਵਿਰੋਧੀ ਪਾਰਟੀ ਇਸੇ ਗੱਲ ਇਹ ਵਾਰ ਵਾਰ ਡਰਾਉਂਦੀ ਆ, ਉਸ ਗੱਲ ਨੂੰ ਜਵਾਬ ਦੇਣ ਲਈ ਪ੍ਰਧਾਨ ਮੰਤਰੀ ਜਾਂ ਹੋਰ ਉਲਟਾ ਉਸਨੂੰ ਧਰਮ ਦਾ ਅਤੇ ਹੋਰ ਜਾਤਾਂ ਦਾ ਬਣਾ ਕੇ ਛੱਡ ਦਿੰਦੇ ਆ। ਦੂਜੇ ਪਾਸੇ ਮੈਂ ਬੜਾ ਹੈਰਾਨ ਆ, ਕਹਿੰਦੇ ਜੀ ਦੇਖੋ ਦੇਸ਼ ਦੇ ਅੰਦਰ ਬੀ ਆਈ ਐਨ ਡੀ ਆਈ ਏ ਬਲੋਕ ਇਨ ਜਨਰਲ ਅਤੇ ਖਾਸ ਕਰਕੇ ਰਾਹੁਲ ਅਤੇ ਉਹਦੀ ਪਾਰਟੀ ਜਿਹੜੀ ਆ ਨਫ਼ਰਤ ਫੈਲਾ ਰਹੇ ਭਾਈ, ਅਤੇ ਤੁਸੀਂ ਤੁਸੀਂ ਤੇ ਕਸਤੂਰੇ ਹਿਰਨਾਲਾ ਜਿਹੜਾ ਆ ਖੁਸ਼ਬੂ ਫੈਲਾ ਰਹੇ ਹੋਣੇ ਆ, ਹੈ ਹੱਦ ਹੋ ਗਈ ਆ, ਇਹ ਤੇ ਚੋਰ ਮਚਾਏ ਸ਼ੋਰ ਵਾਲੀ ਗੱਲ ਹੋ ਗਈ ਕਿ ਸਾਰੀ ਦੇਸ਼ ਨੂੰ ਅੱਗ ਲਾਉਣ ਤੱਕ ਤੁਸੀਂ ਪਹੁੰਚਾਇਆ ਰੋਜ਼ ਧਰਮ ਦੇ ਨਾਂ ਤੇ। ਕਹਿੰਦੇ ਜੀ ਮੰਦਰਾਂ ਦੇ ਐਸੈਟ ਵਿਕਰੀ ਕਰਕੇ ਮੁਸਲਮਾਨਾਂ ਨੂੰ ਦੇ ਦਿੱਤੇ ਜਾਣ, ਇਹ ਕਿ ਇਹਦੇ ਨਾਲ ਕੋਈ ਹੋਰ ਭਿਆਨਕ ਗੱਲਾਂ ਅੱਗ ਲਾਉਣ ਵਾਲੀਆਂ ਹੋ ਸਕਦੀਆਂ? ਦੂਜਿਆਂ ਨੂੰ ਦੋਸ਼ ਲਾਈ ਜਾਂਦੇ ਆ, ਇਸੇ ਤਰੀਕੇ ਨਾਲ ਕਹਿੰਦੇ ਆ ਕਿ ਇਹਨਾਂ ਨੇ ਐਸ ਸੀ ਐਸ ਟੀ ਦੀ ਰਿਜ਼ਰਵੇਸ਼ਨ ਬੰਦ ਕਰਕੇ ਮੁਸਲਮਾਨਾਂ ਨੂੰ ਦਿੱਤੇ, ਵੀ ਉਹਦੀ ਕੋਈ ਤੁੱਕ ਬਣਦੀ ਆ? ਇਹ ਤਾਂ ਗੱਲ ਸਮਝ ਪੈਂਦੀ ਹੈ ਕਿ ਮੁਸਲਮਾਨਾਂ 'ਚ ਜਿਹੜੇ ਗਰੀਬ ਆ, ਜਿਸ ਤਰ੍ਹਾਂ ਦਲਿਤ ਕ੍ਰਿਸਚੀਅਨ ਆ, ਬੜੀ ਦੇਰ ਦੇ ਲੜ ਰਹੇ ਆ ਕਿ ਅਸੀਂ ਦਲਿਤ ਸੀਗੇ ਅਸੀਂ ਕ੍ਰਿਸਚੀਅਨ ਬਣ ਗਏ ਹਾਂ, ਜਿਸ ਤਰ੍ਹਾਂ ਸਿੱਖ ਦਲਿਤ ਹੈਗੇ ਆ, ਸਿੱਖਾਂ ਦੇ ਵਿੱਚ ਫਾਰਮਲੀ ਤਾਂ ਕੋਈ ਜਗ੍ਹਾ ਕਿਸੇ ਵੀ ਕਿਸਮ ਦੀ ਦਲਿਤਾਂ ਦੀ, ਊਚ ਨੀਚ ਦੀ, ਜਾਤੀਵਾਦ ਦੀ ਨਹੀਂ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੋਈ ਜਗ੍ਹਾ ਨਹੀਂ ਹੈਗੀ, ਪ੍ਰੈਕਟੀਕਲੀ ਰਿਜ਼ਰਵੇਸ਼ਨ ਦੇ ਰਹੇ ਹਾਂ ਨਾ ਅਸੀਂ, ਉਹ ਕਹਿੰਦੇ ਸਾਨੂੰ ਵੀ ਦੇਣ ਦਿਓ, ਕ੍ਰਿਸਚੀਅਨਾਂ ਨੂੰ ਵੀ ਦੇਣ ਦਿਓ, ਕਿਉਂਕਿ ਉਹ ਵੀ ਆਦਿਵਾਸੀਆਂ 'ਚੋਂ ਅਤੇ ਦਲਿਤਾਂ 'ਚੋਂ ਆਏ ਆ, ਔਰ ਨੌਰਥ ਈਸਟ ਵਿੱਚ ਮਿਲਦੀ ਵੀ ਹੈ, ਨੌਰਥ ਈਸਟ ਵਿੱਚ ਕ੍ਰਿਸਚੀਅਨਾਂ ਨੂੰ ਉਹ ਕਨਵਰਟ ਹੋਏ ਹੋਏ ਆ, ਪਰ ਉਹ ਹੈਗੇ ਆ ਟ੍ਰਾਈਬਲ, ਉਹਨਾਂ ਕੋਲ ਸਰਟੀਫਿਕੇਟ ਹੈਗੇ ਆ। ਇਸੇ ਤਰੀਕੇ ਨਾਲ ਜੇ ਮੁਸਲਮਾਨਾਂ 'ਚ ਕੋਈ ਦਲਿਤ ਭਾਈਚਾਰਾ ਹੈਗਾ ਅਤੇ ਜੇ ਉਹਨਾਂ ਨੂੰ ਰਿਜ਼ਰਵੇਸ਼ਨ ਮਿਲ ਜਾਂਦੀ ਤਾਂ ਕਿ ਉਹ ਵੀ ਬਰਾਬਰ ਆਜ਼ਾਦੀ ਦਾ ਡਿੱਗ ਮਾਣ ਲੈਣ, ਕਿਉਂਕਿ ਉਹਨਾਂ ਦੀਆਂ ਵੀ ਕੁਰਬਾਨੀਆਂ, ਇਹਦੇ 'ਚ ਦੱਸੋ ਕਿਹੜੀ
ਐਡੀ ਵੱਡੀ ਤੂਫਾਨ ਉੱਠ ਜਾਣ ਵਾਲੀ ਗੱਲ ਹੈ ਕਿ ਤੁਸੀਂ ਰੋਜ਼ ਇਸ ਗੱਲ ਦਾ ਰੌਲਾ ਪਾਉਂਦੇ, ਪਰ ਕਿਸੇ ਦਾ ਕੱਟ ਕੇ ਦੇਣਾ ਹੈ ਜਾਂ ਉਹਨੂੰ ਕਰ ਦੇਣਾ ਇਹ ਕਰ ਦੇਣਾ, ਇਹ ਪੋਲਿਟਿਕਸ ਆ ਔਰ ਇਹ ਨਫ਼ਰਤ ਫੈਲਾਉਣ ਵਾਲੀ ਗੱਲ। ਕਹਿੰਦੇ ਆ ਕਿ ਉਹ ਨਫ਼ਰਤ ਫੈਲਾ ਰਹੇ, ਰੱਬ ਜਾਣੇ ਮੈਂ, ਅਸੀਂ ਤੇ ਇੰਨੇ ਅੱਕ ਗਏ ਹਾਂ ਸੁਣ ਸੁਣ ਕੇ, ਝੂਠ ਸੁਣ ਸੁਣ ਕੇ, ਕਿ ਬੰਦੇ ਦੀ ਸ਼ਕਲ ਦੇਖ ਕੇ ਹੀ ਮੂੰਹ ਪਰਾਂ ਨੂੰ ਕਰਨਾ ਪੈਂਦਾ ਵੀ ਇਹਨੂੰ ਬੰਦ ਕਰੋ ਬਈ, ਛੇਤੀ ਕਰੋ, ਇਹਨੇ ਕੁਛ ਨਾ ਕੁਛ ਨਵੀਂ ਉਹੋ ਜਿਹੀ ਗੱਲ ਸਗੂਫਾ ਨਾ ਕੱਢ ਦੇ, ਅੱਗ ਲਾਓ, ਮਤਲਬ ਦੇਖਣ ਨੂੰ ਸੁਣਨ ਨੂੰ ਨਹੀਂ ਜੀ ਕਰਦਾ, ਇਹ ਹਾਲਤ ਬਣੀ ਪਈ ਹੈ। ਇਹ ਇਹ ਪੰਜਾਬ ਦੇ ਅੰਦਰ ਜੇ ਤੁਸੀਂ ਗੱਲ ਕਰੋ ਨਸ਼ਿਆਂ ਵਾਲੀ, ਫਿਰ ਮੈਂ ਇੱਥੇ ਹੀ ਕਹਿੰਦਾ ਇਹਨਾਂ ਨੇ ਕਿਸੇ ਨੇ ਸੁਖਵਿੰਦਰ ਕੁਛ ਨਹੀਂ ਕਰਨਾ, ਮੈਂ ਦੇਖ ਲਿਆ। ਔਰ ਤੁਸੀਂ ਇਹ ਮੰਨ ਜਾਓ ਜਦ ਤੱਕ ਲੋਕ ਕੋਈ ਵੱਡਾ ਹੱਲਾ ਬੋਲ ਨਹੀਂ ਕਰਦੇ, ਇੱਕੋ ਹੀ ਸਰਕਾਰ ਜਿਹਦੇ ਤੋਂ ਬਹੁਤ ਇਸ ਬਾਰੇ ਉਮੀਦਾਂ ਸੀ ਉਹ ਸੀ ਆਮ ਆਦਮੀ ਪਾਰਟੀ ਦੀਆਂ, ਪਰ ਉਹਨਾਂ ਦੇ ਰਾਜ ਦੇ ਵਿੱਚ ਲਗਾਤਾਰ ਖਬਰਾਂ ਆ ਰਹੀਆਂ ਕਿ ਨਸ਼ਾ ਹੋਰ ਫੈਲਿਆ, ਘਟਨਾ ਤੇ ਕੀ ਸੀ, ਖਤਮ ਤੇ ਕੀ ਹੋਣਾ ਸੀ, ਫਿਰ ਆਪਾਂ ਹੁਣ ਕਿਹਦੇ ਤੋਂ ਹੋਰ ਉਮੀਦ ਕਰੀਏ। ਪਹਿਲੀਆਂ ਨੂੰ ਤੇ ਦੋਹਾਂ ਹੀ ਸਰਕਾਰਾਂ, ਕਾਂਗਰਸ ਨੂੰ ਤੇ ਅਕਾਲੀ ਦਲ ਨੂੰ ਆਪਾਂ ਪਹਿਲਾਂ ਹੀ ਦੇਖਿਆ, ਸੂਤਰ ਉਹਨਾਂ ਕੋਲ ਵੀ ਨਹੀਂ ਆਇਆ। ਇਸ ਲਈ ਇੱਕ ਵੱਡਾ ਲੋਕ ਮੋਰਚਾ, ਲੋਕ ਮੁਹਿੰਮ, ਸਿਵਲ ਸੁਸਾਇਟੀ ਨੂੰ ਇਹਦੇ ਤੇ ਨਕੇਲ ਪਾਉਣ ਲਈ ਕੁਛ ਨਾ ਕੁਛ ਚਾਰਾਜੋਈ ਜ਼ਰੂਰ ਕਰਨੀ ਪਊ। ਬਿਲਕੁਲ, ਹੁਣ ਅਗਲੇ ਕੁਝ ਮਿੰਟ ਜਿਹੜੇ ਨੇ ਉਹ ਆਪਾਂ ਜਿਵੇਂ ਗੱਲ ਕੀਤੀ ਸੀ ਕਿ ਹਰ ਰੋਜ਼ ਦੋ ਸੀਟਾਂ ਦੇ ਉੱਤੇ ਗੱਲਬਾਤ ਕਰਾਂਗੇ, ਅੱਜ ਬਠਿੰਡੇ ਤੇ ਸੰਗਰੂਰ ਦੀ ਸੀਟ ਦੀ ਪ੍ਰੋਫੈਸਰ ਜੇ ਗੱਲ ਕਰੀਏ, ਚਲੋ ਹੁਣ ਪ੍ਰਧਾਨ ਮੰਤਰੀ ਸਾਹਿਬ ਆ ਕੇ ਮੁੜ ਗਏ ਨੇ, ਅੱਗੇ ਤਾਂ ਜੇ ਅਕਾਲੀ ਦਲ ਨਾਲ ਗੱਠਜੋੜ ਹੁੰਦਾ ਤਾਂ ਫਿਰ ਸ਼ਾਇਦ ਪ੍ਰਧਾਨ ਮੰਤਰੀ ਸਾਹਿਬ ਉੱਥੇ ਵੀ ਨਜ਼ਰ ਆਉਂਦੇ, ਕਿਤੇ ਬਾਦਲ ਵੱਡੇ ਬਾਦਲ ਸਾਹਿਬ ਦੇ ਪੈਰੀ ਹੱਥ ਲਾਉਂਦੇ ਆ, ਪਰ ਹਾਲ ਦੀ ਘੜੀ ਜਿਹੜੀ ਹੈ ਉਹ ਸੀਟ ਕਾਫੀ ਫਸੀ ਨਜ਼ਰ ਆਉਂਦੀ ਹੈ। ਬੜੇ ਇਲਜ਼ਾਮ ਲੱਗੇ ਕਿ ਜੀ ਸੀਟ ਵੇਚ ਦਿੱਤੀ, ਕਾਂਗਰਸ ਨੇ ਸਮਝੌਤਾ ਕਰ ਲਿਆ, ਜਾਂ ਹੋਰ ਬਹੁਤ ਸਾਰੇ ਇੱਦਾਂ ਜ਼ਮੀਨੀ ਪੱਧਰ ਦੇ ਉੱਤੇ ਲੋਕਾਂ ਦੇ ਵਿੱਚ ਹੁਣ ਬਾਦਲ ਪਰਿਵਾਰ ਸਾਰਾ ਹੀ ਲੱਗਿਆ ਹੋਇਆ, ਉਹਨਾਂ ਦੀਆਂ ਧੀਆਂ ਵੀ ਲੱਗੀਆਂ ਹੋਈਆਂ ਕਿ ਸਾਡੇ ਪਰਿਵਾਰ ਨੂੰ ਇੱਕ ਮੌਕਾ ਦਿਓ, ਸਾਡੇ ਦਾਦਾ ਜੀ ਹੋਰਾਂ ਦੀ ਵਿਰਾਸਤ ਹੈ। ਹੁਣ ਜਿੰਨਾ ਸਿੰਘ ਉੱਥੇ ਫਸਿਆ ਹੋਇਆ ਆ, ਕੀ ਲੱਗਦਾ ਹੈ ਕਿ ਕਿਹਦੀ ਗੱਡੀ ਪਾਰ ਲੰਘੂਗੀ? ਭਗਵੰਤ ਮਾਨ ਸਾਹਿਬ ਆਪ ਉੱਥੇ ਅੱਗੇ ਲੱਗ ਕੇ ਪੂਰੇ ਪੈਸੇ ਦਾ ਪੂਰੇ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਦੀ ਕਮਾਨ ਨੂੰ ਸਾਂਭ ਰਹੇ ਨੇ, ਔਰ ਨਾਲੋ ਨਾਲ ਜਿਸ ਤਰੀਕੇ ਨਾਲ ਜ਼ੋਰ ਗੁਰਮੀਤ ਸਿੰਘ ਖੁੱਡੀਆਂ ਕਰਕੇ ਲਾਇਆ ਹੋਇਆ, ਕਹਿੰਦੇ ਕਿ ਜਿਹੜਾ ਇੱਕ ਕੰਡਾ ਰਹਿ ਗਿਆ ਬਸ ਉਹ ਕੱਢ ਦਿਓ, ਤੇ ਇਸ ਨੂੰ ਅਸੀਂ ਕਿਵੇਂ ਸਮਝੀਏ ਕਿ ਵਾਰ ਵਾਰ ਸਿਰਫ ਬਾਦਲ ਪਰਿਵਾਰ ਉਹਨਾਂ ਦੇ ਨਿਸ਼ਾਨੇ ਤੇ ਵੱਡੇ ਪੱਧਰ ਤੇ ਰਹਿੰਦਾ ਕਿ ਬਸ ਇਹਨਾਂ ਦਾ ਕੋਈ ਜੀ ਰਹਿ ਨਾ ਜਾਵੇ? ਇੱਕ ਗੱਲ ਤੇ ਸਾਫ਼ ਆ ਕਿ ਬਠਿੰਡੇ ਦੀ ਸੀਟ ਸਭ ਤੋਂ ਟਫ ਇਸ ਵੇਲੇ ਬਣੀ ਹੋਈ ਹੈ, ਉਹਦੇ ਕਾਰਨ ਮੈਂ ਤੁਹਾਨੂੰ ਦੱਸ ਸਕਦਾ, ਬਾਕੀ ਤੇ ਲੋਕਾਂ ਨੇ ਫੈਸਲਾ ਕਰਨਾ ਤੇ ਅਖੀਰ ਤੇ ਜਿਹੜੇ ਦੋ ਦਿਨ ਹੁੰਦੇ ਆ ਉਦੋਂ ਹੀ ਸਾਰਾ ਕੁਝ ਪਲਟਾ ਪਲਟਦਾ ਹੁੰਦਾ, ਉਹ ਬਾਅਦ ਦੀਆਂ ਗੱਲਾਂ। ਟਫ ਇਸ ਕਰਕੇ ਆ ਕਿ ਪਹਿਲਾਂ ਆਪਾਂ ਲਾ ਲਓ ਤੁਸੀਂ ਹਰਸਿਮਰਤ ਕੌਰ ਬਾਦਲ ਮੈਡਮ ਜਿਹੜੇ ਹੈਗੇ ਆ ਇਹਨਾਂ ਦਾ ਹੀ ਲਾ ਲਓ, ਇਹ ਤਿੰਨ ਵਾਰੀ ਉੱਥੋਂ ਐਮ ਪੀ ਬਣੇ ਹੋਏ ਆ, ਚੌਥੀ ਵਾਰੀ ਬਣਨਾ ਚਾਹੁੰਦੇ ਆ। ਇਹਨਾਂ ਦਾ ਤੁਹਾਡੇ ਇੱਕ ਜਾਣਦੇ ਆ ਸਿੰਗਲਾ ਬੀਜੇਪੀ ਦੇ ਵਿੱਚ ਜੁਆਇਨ ਕਰ ਗਿਆ, ਇਹਨਾਂ ਦਾ ਐਮ ਐਲ ਏ ਵੀ ਸ਼ਾਇਦ ਹੁੰਦਾ ਸੀ ਅਕਾਲੀ ਦਲ ਦਾ, ਪੂਰਾ ਨਾਂ ਯਾਦ ਹੈ ਤੁਹਾਨੂੰ? ਉਹਨਾਂ ਦਾ ਨਾਂ ਸਰੂਪ ਚੰਦ ਸਿੰਗਲਾ ਮੇਰੇ ਖਿਆਲ ਐਮ ਐਲ ਏ ਨਹੀਂ। ਹਾਂ ਹਾਂ, ਸਰੂਪ ਚੰਦ ਸਿੰਗਲਾ ਇਹਨਾਂ ਦਾ ਲੀਡਰ ਸੀ ਅਰਬਨ ਦਾ, ਉਹ ਬੀਜੇਪੀ ਜੁਆਇਨ ਕਰ ਗਿਆ। ਇਸੇ ਤਰ੍ਹਾਂ ਜਿਹੜਾ ਹੁਣ ਜੀਤ ਮਹਿੰਦਰ ਸਿੰਘ ਸਿੱਧੂ ਹੈ ਉਹ ਵੀ ਅਕਾਲੀ ਦਲ 'ਚ ਸੀਗਾ ਪਹਿਲਾਂ, ਤੇ 4 ਮਹੀਨੇ ਪਹਿਲਾਂ ਹੀ ਇੱਧਰ ਜੁਆਇਨ ਕਰਕੇ ਕਾਂਗਰਸ 'ਤੇ ਇੱਧਰ ਖੜਾ ਹੋ ਗਿਆ। ਹੁਣ ਤੁਸੀਂ ਦੋ ਸਿੱਧੇ ਹੀ ਝਟਕੇ ਤੇ ਇਹ ਲੱਗੇ ਆ, ਇੱਕ ਹੋਰ ਵੀ ਕੋਈ ਕਿਸੇ ਦਾ ਨਾਂ ਲੈ ਰਿਹਾ ਸੀ ਮੈਨੂੰ, ਕਿ ਮੈਂ ਜਰਨਲਿਸਟਾਂ ਨੂੰ ਫੋਨ ਕੀਤੇ ਜਾਂ ਆਪਣੇ ਐਡਵੋਕੇਟਾਂ ਨੂੰ ਫੋਨ ਕੀਤੇ, ਮੈਂ ਕਿਹਾ ਅੱਜ ਗੱਲ ਕਰਨੀ ਹੈ ਥੋੜ੍ਹਾ, ਮੈਂ ਗਰਾਊਂਡ ਦੀ ਗੱਲ ਨੂੰ ਪਤਾ ਲਵਾਂ, ਇੱਕ ਹੋਰ ਵੀ ਕੋਈ ਇਹਨਾਂ ਨੂੰ ਛੱਡ ਕੇ ਗਿਆ। ਜਿਹੜਾ ਛੱਡੋ ਛਡਾਈ ਦਾ ਹੋਇਆ ਉਹਦੇ ਨਾਲ ਦੇਖੋ ਨੁਕਸਾਨ ਤੇ ਹੁੰਦਾ। ਜਿਹੜੀ ਅਗਲੀ ਗੱਲ ਆ ਉਹ ਕੋਈ ਅਜੇ ਧਿਆਨ ਹੀ ਨਹੀਂ ਦੇ ਰਿਹਾ, ਉਹ ਧਿਆਨ ਇਹ ਆ ਕਿ ਪਿਛਲੀ ਵਾਰ ਜਾਂ ਉਦੋਂ ਜਿੰਨੀ ਵਾਰੀ ਵੀ ਜਿਵੇਂ ਬੀਜੇਪੀ ਹੁਸ਼ਿਆਰਪੁਰ ਚ ਜਿੱਤਦੀ ਰਹੀ, ਉਹ ਅਕਾਲੀਆਂ ਦੀ ਵੋਟਾਂ ਦੇ ਨਾਲ ਜਿੱਤਦੀ ਰਹੀ, ਇਕੱਠੇ ਸੀਗੇ।
ਤੇ ਬੀਬੀ ਜੀ ਜਿੰਨੇ ਮੈਰੀ ਜਿੱਤਦੇ ਰਹੇ ਹੋ, ਬੀਜੇਪੀ ਦੀ ਵੋਟ ਜਿਹੜੀ ਅਰਬਨ ਵੋਟ ਜਿੰਨੀ ਵੀ ਹੋਊਗੀ, ਬਠਿੰਡੇ ਸ਼ਹਿਰ ਦੀ ਹੋਰ ਸ਼ਹਿਰੀ ਵੋਟ ਉਹ ਵੀ ਪੈਂਦੀ ਹੋਊਗੀ, ਜ਼ਰੂਰ ਪੈਂਦੀ ਹੋਊਗੀ। ਇਸ ਕਰਕੇ ਇਹ ਜਦੋਂ ਅਲੱਗ ਅਲੱਗ ਹੋਇਆ, ਉਹ ਵੀ ਇੱਕ ਵੱਡਾ ਘਾਟਾ ਪਿਆ। ਉਹ ਘਾਟਾ ਇਹਨਾਂ ਦੋਹਾਂ ਨੂੰ ਪਿਆ, ਬੀਜੇਪੀ ਨੂੰ ਆਪਣੀ ਜਗ੍ਹਾ ਪੈ ਗਿਆ ਕਿਉਂਕਿ ਉਹਨਾਂ ਦਾ ਵੀ ਅੱਡ ਮੂਲੀਆਂ ਅੱਡ ਪੱਤ ਹੋ ਗਏ, ਤੇ ਇਹਨਾਂ ਨੂੰ ਵੀ ਪਿਆ ਕਿ ਜਿਹੜੀ ਬੱਜੀ ਬਜਾਈ ਵੋਟ ਆ ਜਾਂਦੀ ਸੀਗੀ ਉਹ ਹੁਣ ਨਹੀਂ ਪੈ ਰਹੀ। ਪਰ ਚੰਗੀ ਗੱਲ ਇਹ ਸੀ ਕਿ ਇਹਨਾਂ ਨੂੰ ਵੋਟਾਂ ਇੱਕ ਦੂਜੇ ਨੂੰ ਪਾ ਦਿੰਦੇ ਸੀਗੇ, ਪਤਾ ਨਹੀਂ ਉਹਦੇ ਕਾਰਨ ਤੇ ਇਹੋ ਜਾਣ ਕੇ ਵੇਖਣ ਨੂੰ ਜਿਹੜੀ ਬਿਲਕੁਲ ਹੀ ਵਾਘ ਬੱਕਰੀ ਚਾਏ ਵਾਲੀ ਦੀ ਜਿਹੜੀ ਐਡਵਰਟਾਈਜ਼ਮੈਂਟ ਆਉਂਦੀ ਹੁੰਦੀ ਹੈ, ਉਹਨਾਂ ਦਾ ਆਪਸ ਵਿੱਚ ਤੇ ਬੜਾ ਕੋਈ ਲੱਗਦਾ ਨਹੀਂ ਹੈ ਰਿਸ਼ਤਾ, ਪਰ ਤੁਸੀਂ ਦੇਖੋ ਐਡਵਰਟਾਈਜ਼ਮੈਂਟ ਵਾਲੇ ਨੇ ਨਾ ਕੰਪਨੀ ਦਾ ਰੱਖਣ ਵਾਲੇ ਨੇ ਵੀ ਇਹੋ ਜਿਹਾ ਰੱਖਿਆ ਕਿ ਉਸ ਤਰੀਕੇ ਨਾਲ ਰਿਸ਼ਤਾ ਇਹਨਾਂ ਦਾ ਸੀਗਾ। ਸੁਖਵਿੰਦਰ, ਦੂਸਰੇ ਪਾਸੇ ਇਸ ਕਰਕੇ ਕਿਉਂਕਿ ਇਹ ਵੱਡਾ ਪਰਿਵਾਰ ਆ, ਕਿਉਂਕਿ ਲੰਬੀ ਹੋਰ ਪੁਰਾਣਾ ਜਾਣੀ ਜਿਹਨਾਂ ਨੇ ਬਾਦਲਾਂ ਨੇ ਪਰਿਵਾਰ ਨੇ ਜੜ ਮਾਰੀ ਹੋਈ ਆ, ਫਿਰ ਸੁਖਬੀਰ ਬਾਦਲ ਹੋਰ ਸਾਰਿਆਂ ਨੇ ਜ਼ੋਰ ਲਾਉਣਾ ਉੱਥੇ, ਤੇ ਉਸ ਕਰਕੇ ਲੋਕਾਂ ਨੂੰ ਕਰ ਲੱਗਦਾ ਕਿ ਹੈ ਤੇ ਪੱਕਾ ਮੁਸ਼ਕਲ ਆ, ਪਰ ਹੋ ਸਕਦਾ ਕੋਈ ਇਹ ਸੀਟ ਕੱਢ ਵੀ ਜਾਏ। ਜਿਹੜੇ ਇਹਨਾਂ ਦੇ ਵਿਰੋਧ ਵਿੱਚ ਆ, ਜਿਹੜੇ ਥੋੜੇ ਜਿਹੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਜਿਤਾਉਣ ਦੇ ਬਾਰੇ ਸੋਚਦੇ, ਖੁੱਡੀਆਂ ਹੋਣਾ ਦੇ ਗੁਰਮੀਤ ਸਿੰਘ ਖੁੱਡੀਆਂ ਬਾਰੇ ਗੱਲ ਕਰ ਰਹੇ, ਉਹ ਕਹਿੰਦੇ ਇਹਨਾਂ ਦਾ ਤਾਂ ਛੱਡੋ, ਇਹ ਤੇ ਹਾਰੀ ਪਈ ਆ, ਇਹ ਤੇ ਚੌਥੇ ਨੰਬਰ ਤੇ ਆਊਗੀ। ਜਾਣੀ ਇਹੋ ਜਿਹੇ ਬੰਦੇ ਵੀ ਉੱਥੇ ਤੁਹਾਨੂੰ ਸੁਣਨ ਨੂੰ ਮਿਲਣਗੇ। ਇਸੇ ਕਰਕੇ ਮੈਂ ਕਹਿੰਦਾ ਵੀ ਕਨਫਿਊਜ਼ਨ ਬਹੁਤ ਆ। ਹੁਣ ਲਾ ਲਓ ਤੁਸੀਂ ਕਾਂਗਰਸ ਦੇ ਕੈਂਡੀਡੇਟ ਦਾ, ਹੁਣ ਜਿਹੜਾ ਪਿਛਲੀ ਵਾਰੀ ਕੈਂਡੀਡੇਟ ਖੜਾ ਹੋਇਆ ਸੀਗਾ ਉਹ ਸੀਗਾ ਇਹਨਾਂ ਦਾ, ਮੇਰਾ ਖਿਆਲ ਰਾਜਾ ਵੜਿੰਗ ਖੜਾ ਹੋਇਆ ਸੀ, ਤੇ ਜਾਂ ਪਾਰਲੀਮੈਂਟ ਦੇ ਵਿੱਚ ਨਹੀਂ ਸੀਗਾ। ਤੇ ਸੁਖਵਿੰਦਰ, ਇਹ ਜਦੋਂ ਆਹਮਣੇ ਸਾਹਮਣੇ ਟੱਕਰ ਸੀਗੀ ਤੇ ਉਹਦੇ ਵਿੱਚ ਮੇਰਾ ਖਿਆਲ ਹੈ ਆਪਣਾ ਇਹ ਵੀ ਉੱਥੇ ਆ ਕੇ ਤੇ ਇੱਕ ਅਲੱਗ ਦੇ ਤੌਰ ਤੇ ਥੋੜਾ ਜਿਹਾ ਇੰਡੀਪੈਂਡੈਂਟ ਤੌਰ ਤੇ ਖੜੇ ਹੋਏ ਸੀਗੇ ਸੁਖਪਾਲ ਸਿੰਘ ਖਹਿਰਾ, ਕੁਛ ਵੋਟਾਂ ਸ਼ਾਇਦ ਇਹ ਵੀ ਭੰਨ ਤੋੜ ਇਹਨਾਂ ਨੇ ਕੀਤੀ ਹੋਊਗੀ। ਹੁਣ ਲੋਕ ਤੇ ਕਹਿੰਦੇ ਪਤਾ ਨਹੀਂ ਰਲ ਕੇ ਖੜੇ ਜਾਂ ਆਪਣੇ ਆਪ ਖੜੇ ਜਾਂ, ਉਹ ਗੱਲ ਅਲੱਗ ਹੈਗੀ ਆ। ਜਾਣੀ ਪਿਛਲੀ ਵਾਰੀ 2019 ਦਾ ਸੁਖਵਿੰਦਰ ਇਹਨਾਂ ਦਾ ਟਫ ਮੁਕਾਬਲਾ ਸੀ, ਥੋੜੇ ਜਿਹੇ ਮਾਰਜਨ ਨਾਲ, ਮੇਰਾ ਖਿਆਲ 20-25,000 ਦੀਆਂ ਵੋਟਾਂ ਦੇ ਮਾਰਜਨ ਦੇ ਨਾਲ ਮੈਡਮ ਜਿਹੜੇ ਆ ਉਹ ਜਿੱਤ ਗਏ ਸੀ। ਹਰਸਿਮਰਤ ਕੌਰ ਬਾਦਲ 2019 4,90,000 ਨਾਲ ਜਿੱਤੇ ਸੀ, ਉਦੋਂ ਰਾਜਾ ਵੜਿੰਗ ਨੂੰ 4,69,000 ਤੋਂ ਵੱਧ ਵੋਟਾਂ ਪਈਆਂ ਸੀ, ਤੇ ਉਦੋਂ ਗਏ ਸੀ 38,199 ਵੋਟਾਂ ਪਈਆਂ। ਮੈਂ ਆਪਣੀ ਮੈਮਰੀ ਚੋਂ, ਹਾਲਾਂਕਿ ਚੱਲ ਮੇਰੀ ਮੈਮਰੀ ਪੁਰਾਣੀ ਆ, ਮੈਂ ਇਹੀ ਕਹਿੰਦਾ ਕਿ ਮਾੜੇ ਜਿਹੇ ਮਾਰਜਨ ਨਾਲ ਜਿੱਤ ਗਏ ਸੀ। ਹੁਣ ਲੋਕਾਂ ਦੀਆਂ ਬਿਲਕੁਲ ਇਹ ਮਨ ਵਿੱਚ ਸੀ ਵੀ ਰਾਜਾ ਵੜਿੰਗ ਜਾਂ ਉਹਦੀ ਘਰਦੀ ਨੂੰ ਸੀਟ ਦੇਣੀ ਚਾਹੀਦੀ ਆ। ਲੋਕਾਂ ਦਾ ਜ਼ਿਆਦਾ ਇਹ ਸੀਗਾ ਕਿ ਉਹਦੀ ਘਰਦੀ ਨੂੰ ਸੀਟ, ਉਹਨੇ ਤਿਆਰੀ ਵੀ ਕੀਤੀ ਉੱਥੇ, ਕੰਪੇਨ ਵੀ ਕਰ ਰਹੇ ਸੀ। ਹੁਣ ਕਿਉਂ ਨਹੀਂ ਦਿੱਤੀ ਇਹ ਸੀਟ, ਇਹ ਤਾਂ ਕਾਂਗਰਸ ਵਾਲੇ ਜਾਣਨ, ਕੋਈ ਅੰਦਰੂਨੀ ਪੋਲੀਟਿਕਸ ਹੁੰਦੀ ਆ। ਪਰ ਫਿਰ ਬਾਅਦ ਵਿੱਚ ਉਹਨਾਂ ਨੂੰ ਲੁਧਿਆਣੇ ਤੋਂ ਰਾਜੇ ਵੜਿੰਗ ਨੂੰ ਪ੍ਰਧਾਨ ਜਿਹੜਾ ਕਾਂਗਰਸ ਦਾ ਪੰਜਾਬ ਦਾ ਉਹਨੂੰ ਦੇ ਦਿੱਤੀ ਸੀਟ। ਉੱਥੇ ਦਾ ਉਹ ਕੈਂਡੀਡੇਟ ਜਿਹੜਾ ਜੀਤਮਿੰਦਰ ਸਿੰਘ ਸਿੱਧੂ ਉਹ ਕਾਂਗਰਸ ਵੱਲੋਂ ਖੜਾ ਹੋ ਗਿਆ। ਹੁਣ ਪਹਿਲਾਂ ਕੋਈ ਬਹੁਤਾ ਮੁਕਾਬਲੇ 'ਚ ਲੱਗਦਾ ਨਹੀਂ ਸੀ ਕਿਉਂਕਿ ਹੁਣ ਨੈਸ਼ਨਲ ਲੈਵਲ 'ਤੇ ਹਵਾ ਕਾਂਗਰਸ ਦੀ, ਮੋਦੀ ਜੀ ਨੇ ਬਹੁਤ ਮਸ਼ਹੂਰ ਕਰਤਾ ਰਾਹੁਲ ਗਾਂਧੀ ਨੂੰ, ਖੜਗੇ ਨੂੰ, ਕਾਂਗਰਸ ਨੂੰ, ਬੋਲ ਬੋਲ ਕੇ ਸਾਰੀ ਜਗ੍ਹਾ, ਤੇ ਲੋਕਾਂ ਨੂੰ ਲੱਗਦਾ ਫਿਰ ਅਸਲੀ ਤੇ ਵਿਰੋਧੀ ਪਾਰਟੀ ਉਹ ਹੀ ਆ, ਤੇ ਜਿਹਨਾਂ ਨੇ ਮੋਦੀ ਜੀ ਨੂੰ ਵੋਟ ਜਾਂ ਬੀਜੇਪੀ ਨੂੰ ਵੋਟ ਤੋਂ ਛੁਟਕਾਰਾ ਪਾਉਣਾ ਉਹ ਫਿਰ ਸਿੱਧਾ ਹੀ ਕਾਂਗਰਸ ਵੱਲ ਸੋਚਦਾ, ਉਹ ਹੋਰ ਨੇੜੇ ਤੇੜੇ ਨਹੀਂ ਸੋਚਦਾ, ਕਹਿੰਦੇ ਵੀ ਅਸਲੀ ਗੱਡੀ ਤੇ ਚੜੋ।
ਹੁਣ ਲੋਕਾਂ ਦੇ ਵਿੱਚ ਹੌਲੀ 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 ਪੰਜਾਬ ਦੇ ਅੰਦਰ ਇਸ ਗੱਲ ਦੀ ਵੀ ਹਵਾ ਬਣੀ ਹੈ ਜਿਹਦਾ ਫਾਇਦਾ ਜੀਤ ਮਿੰਦਰ ਸਿੰਘ ਸਿੱਧੂ ਨੂੰ, ਵੈਸੇ ਉਹ ਰੂਟਸ ਵਾਲੇ ਹੈਗੇ ਆ, ਅੱਗੇ ਚੋਣਾਂ ਚਾਣਾ ਉੱਥੇ ਲੜਦੇ ਰਹੇ ਆ, ਕੋਈ ਇਸ ਤਰ੍ਹਾਂ ਨਹੀਂ ਗਾ ਕਿ ਕੋਈ ਨਵੇਂ ਬੰਦੇ ਹੈਗੇ ਆ। ਜਿਹੜਾ ਖੁੱਡੀਆਂ ਸਾਹਿਬ ਦਾ ਉਹਨਾਂ ਦਾ ਵੀ ਪਰਿਵਾਰ ਪੁਰਾਣਾ ਹੈ, ਉਹ ਵੀ ਉਸ ਏਰੀਏ ਦੇ ਵਿੱਚ ਆ, ਉਹਨਾਂ ਦੇ ਪਿਤਾ ਜੀ ਪੋਲੀਟਿਕਸ ਦੇ ਵਿੱਚ ਸੀ, ਇਹ ਖੁਦ ਉੱਥੋਂ ਦੇ MLA ਸਿਟਿੰਗ ਮਿਨਿਸਟਰ ਹੈਗੇ ਆ, ਉਹ ਵੀ ਐਗਰੀਕਲਚਰ ਖੇਤੀ ਦੇ ਮਿਨਿਸਟਰ ਹੈਗੇ ਆ। ਖੁੱਡੀਆਂ ਸਾਹਿਬ ਦਾ ਜਿਹੜਾ ਇੱਕ ਫਾਇਦਾ ਇਹੀ ਹੈ ਕਿ ਉਹਨਾਂ ਦਾ ਆਪਣਾ ਏਰੀਆ ਤੇ ਇੱਕ ਰੁਤਬਾ, ਤੇ ਜਿਹਨੂੰ ਕਹਿੰਦੇ ਹੈ ਇੱਕ ਕਿਸੇ ਦੇ ਵਿਸ਼ਵਾਸ ਦਾ, ਭਰੋਸੇਯੋਗਤਾ ਦਾ ਕੈਪੀਟਲ, ਸਰਮਾਇਆ। ਇਹ ਵੀ ਤੇ ਸਰਮਾਇਆ ਹੀ ਆ ਨਾ, ਕਿ ਲੋਕ ਜਿਹਨੇ ਤੇ ਮਾਣ ਕਰਦੇ ਆ, ਜਿਹਨੂੰ ਚਾਹੁੰਦੇ ਆ, ਉਸ ਕਿਸਮ ਦਾ ਉਹਨਾਂ ਤੇ ਭਰੋਸਾ ਹੈ। ਉਹ ਚਾਹੁੰਦੇ ਆ ਕਿ ਇਹੋ ਜਿਹਾ ਇੱਕ ਚੰਗਾ ਆਦਮੀ ਜੇ ਦਿੱਲੀ 'ਚ ਜਾਊਗਾ ਤੇ ਬਠਿੰਡੇ ਦਾ ਉਹਦਾ ਫਾਇਦਾ ਹੋਊਗਾ। ਹੁਣ ਇਹਨਾਂ ਦੇ ਸਾਹਮਣੇ ਦਿੱਕਤਾਂ ਕੀ ਆਉਣਗੀਆਂ? ਦਿੱਕਤਾਂ ਇੰਨੀਆਂ ਹੀ ਆਉਂਦੀਆਂ, ਜਿੱਥੋਂ ਤੱਕ ਪੋਜ਼ਿਟਿਵ ਆ ਉਹ ਤੇ ਹੈ ਹੀ ਹੈ, ਕੀ ਕਿਸਾਨ, ਜਿਹੜੀਆਂ ਸੋਚਣ ਵਾਲੀ ਗੱਲ ਹੋਊਗੀ, ਕੀ ਕਿਸਾਨ ਖਾਸ ਕਰਕੇ ਉੱਥੇ ਉਗਰਾਹਾਂ, ਸਿੱਧੂਪੁਰ, ਇਹ ਸਾਰੇ ਤਕੜੇ ਉਸ ਏਰੀਏ ਦੇ ਵਿੱਚ ਹੈਗੇ, ਕਿ ਉਹ ਪਿਛਲੀ ਵਾਰ ਵਾਂਗੂ ਵੋਟਾਂ ਪਾਉਂਦੇ ਆ ਝਾੜੂ ਨੂੰ, ਜਾਂ ਜਿਸ ਤਰੀਕੇ ਨਾਲ 2022 'ਚ ਪਾਈਆਂ ਸੀ, 2019 ਵਿੱਚ ਤੇ ਬਹੁਤ ਘੱਟ ਵੋਟਾਂ ਮਿਲੀਆਂ ਸਾਰੀ ਜਗ੍ਹਾ, ਕਿਤੇ ਹੀ ਮਾੜੀ ਮੋਟੀ ਮਿਲੀ ਹੋਊਗੀ। ਜਨਰਲ ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਕਿਤੇ 2%, ਕਿਤੇ 1.5%, ਕਿਤੇ 4%, ਇਸ ਤਰ੍ਹਾਂ ਹੀ ਵੋਟਾਂ ਪਈਆਂ ਸੀ, ਬਹੁਤ ਘੱਟ ਵੋਟਾਂ ਪਈਆਂ ਸੀ। ਇਸ ਲਈ 2022 ਦਾ ਜੇ ਲਈਏ ਕਿ ਉਸ ਤਰੀਕੇ ਨਾਲ ਕੀ ਕਿਸਾਨ ਫਿਰ ਵੋਟਾਂ ਪਾਉਣਗੇ, ਜਿਹਦੇ ਵਿੱਚ ਲੱਗਦਾ ਕਿ ਨਹੀਂ ਪਾਉਣਗੇ, ਉਹ ਕੁਛ ਪਾ ਵੀ ਸਕਦੇ ਆ, ਪਰ ਜ਼ਿਆਦਾ ਵੱਡੀ ਗਿਣਤੀ 'ਚ ਜਿਵੇਂ ਜਿਵੇਂ BJP ਦੀ ਨਾ ਕਰਾਈ ਜਾ ਰਹੀ ਆ, ਉਸ ਤਰ੍ਹਾਂ ਹੀ ਰੂਲਿੰਗ ਆਮ ਆਦਮੀ ਪਾਰਟੀ ਦੀ ਵੀ ਕਾਫੀ ਨਾ ਹੋਈ ਹੋਈ ਹੈ। ਹੁਣ ਅੰਦਰੋਂ ਅੰਦਰੀ ਕੀ ਗੱਲਾਂ, ਬਾਹਰ ਦੀਆਂ ਕੀ ਗੱਲਾਂ, ਉਹ ਗੱਲਾਂ ਲੱਗ ਗਿਆ। ਇਸ ਗੱਲ ਦਾ ਜਿਹਨੂੰ ਐਂਟੀ ਇਨਕੰਬੈਂਸੀ ਕਹਿੰਦੇ ਆ, ਉਸ ਦਾ ਨੁਕਸਾਨ ਖੁੱਡੀਆਂ ਸਾਹਿਬ ਨੂੰ ਹੋ ਸਕਦਾ, ਕਿਉਂਕਿ ਜੇ ਤੇ ਇੱਕ ਸਾਲ ਦੀ ਸਰਕਾਰ ਹੁੰਦੀ ਫਿਰ ਨਹੀਂ ਸੀ ਕੋਈ ਬਹੁਤਾ ਫਰਕ ਪੈਣਾ, ਜੇ ਅਜੇ 4 ਸਾਲ ਪਏ ਆ, ਕਿਉਂਕਿ ਸਰਕਾਰ 2 ਸਾਲ ਕੱਢ ਚੁੱਕੀ ਆ, ਉਸ ਦਾ ਫਰਕ ਪੈਂਦਾ ਕਿ 2 ਸਾਲਾਂ 'ਚ ਕੁਛ ਬਹੁਤਾ ਤਰਾਤਲ ਤੇ ਹੋਇਆ ਨਹੀਂ, ਖਾਸ ਕਰਕੇ ਨਸ਼ਿਆਂ ਦਾ ਤੇ ਬੇਰੁਜ਼ਗਾਰੀ ਦਾ ਆਲਮ ਜਿਹੜਾ ਬੜਾ ਭਾਰੀ ਆ। ਕਿਸਾਨਾਂ ਦੇ ਮੁੱਦੇ ਤੇ ਹੈ ਹੀ ਹੈ, ਕਿਸਾਨਾਂ ਨਾਲ ਵੀ ਵਾਅਦੇ ਕੀਤੇ ਸੀ ਇਹਨਾਂ ਨੇ ਕਿ ਅਸੀਂ ਆਇਓ MSP ਦਿਆਂਗੇ, ਚੁਟਕੀ ਨਾ ਦਿਆਂਗੇ ਜਾਂ ਚੁਟਕੀ ਭਰ ਕੇ ਦਿਆਂਗੇ, ਇਹ ਨਹੀਂ ਪਤਾ, ਪਰ ਉਹ ਗੱਲਾਂ ਚੱਲਦੀਆਂ ਰਹੀਆਂ। ਉਹ ਹੁਣ ਕਹਿ ਗਏ ਕਿ ਨਾ, ਅਸੀਂ ਤੇ ਦੇ ਹੀ ਨਹੀਂ ਸਕਦੇ, ਬਾਕੀ ਗੱਲਾਂ ਵੀ ਕੋਈ ਬਹੁਤ ਜ਼ਿਆਦਾ ਵੱਡਾ ਵਿਕਾਸ ਦਾ ਅਜੇ ਤੱਕ ਨਹੀਂ, ਗੱਲਾਂ ਜ਼ਿਆਦਾ ਆ, ਕੰਮ ਘੱਟ ਆ। ਇੱਥੇ ਹੁਣ 3 ਪੁਆਇੰਟ ਮੈਂ ਹੋਰ ਨਾਲ ਜੋੜ ਦਿੰਦਾ। ਇੱਕ ਤਾਂ BJP ਵੱਲੋਂ ਮਲੂਕਾ ਸਾਹਿਬ ਦੀ ਨੂੰਹ ਆ, ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਲੱਖਾ ਸਿਧਾਣਾ ਬੈਠਾ, ਤੇ ਤੀਜੇ ਪਾਸੇ ਡੇਰਾਵਾਦੀ ਵੋਟ, ਰਾਮ ਰਹੀਮ ਹੋਰਾਂ ਦਾ ਫੈਕਟਰ ਮਾਨਸਾ ਏਰੀਏ ਚ, ਇੱਧਰ ਮਾਲਵਾ ਬੈਲਟ ਦੇ ਵਿੱਚ, ਉਹ ਕਿੰਨਾ ਕੁ ਅਸਰ ਅੰਦਾਜ਼ ਰਹੇਗਾ, ਇਹ ਵੀ ਨਾਲੋ ਨਾਲ ਚੱਲ ਰਿਹਾ। ਦੇਖੋ, ਇਹ ਡੇਰਾ ਦਾ ਵੋਟ ਦਾ ਤੇ ਉਹ ਤੇ ਸੱਚੀ ਮੁੱਚੀ ਪੋਲੀਟੀਕਲੀ ਫੈਸਲਾ ਲੈਂਦੇ ਆ ਕਿ ਉਹ BJP ਨੂੰ ਵੋਟ ਪਾਉਗੇ, ਕਿਉਂਕਿ BJP ਨੇ ਕਾਫੀ ਉਹਨਾਂ ਨੂੰ ਰਾਹਤ ਦਿੱਤੀ ਹੈ। ਜੇ BJP ਨੂੰ ਵੋਟ ਪਾਉਂਦੇ ਆ ਤਾਂ ਉਹਦਾ ਨੁਕਸਾਨ ਕਾਂਗਰਸ ਨੂੰ ਪਊਗਾ, ਥੋੜਾ ਬਹੁਤ ਅਕਾਲੀ ਦਲ ਨੂੰ ਵੀ ਹੋਊਗਾ, ਪਰ ਜ਼ਿਆਦਾ ਕਾਂਗਰਸ ਨੂੰ, ਕਿਉਂਕਿ ਉਹਨਾਂ ਦੀ ਜ਼ਿਆਦਾਤਰ ਦਲਿਤ ਵੋਟ ਆ, ਤੇ ਜਨਰਲੀ ਦਲਿਤ ਵੋਟ ਕਾਂਗਰਸ ਨੂੰ ਪੈ ਜਾਂਦੀ ਹੈ ਰੂਰਲ ਏਰੀਏ ਦੇ ਵਿੱਚ, ਕਿਉਂਕਿ ਜਦੋਂ ਅਕਾਲੀ ਦਲ ਦੇ ਵਿੱਚ ਜੱਟ ਸਿੱਖ ਦੀ ਵੋਟ ਜਾਂਦੀ ਹੈ ਤੇ ਉਹ ਫਿਰ ਦੂਜੀ ਧਿਰ ਮੰਨ ਲੈਂਦੇ, ਉਹ ਕਹਿੰਦੇ ਚੰਗਾ ਫਿਰ ਆਪਾਂ ਕਾਂਗਰਸ ਵੱਲ, ਸਾਡਾ ਪ੍ਰੋਟੈਕਸ਼ਨ ਹੁੰਦੀ, ਇਸ ਕਿਸਮ ਦਾ ਹੈਗਾ। ਉਸ ਦਾ ਨੁਕਸਾਨ ਇਹਨਾਂ ਨੂੰ ਜ਼ਿਆਦਾ ਤੇ ਅਕਾਲੀ ਦਲ ਨੂੰ ਘੱਟ, ਥੋੜ੍ਹਾ ਬਹੁਤ ਹੁੰਦਾ ਤੇ ਸਾਰਿਆਂ ਨੂੰ ਹੀ ਆ ਥੋੜ੍ਹਾ ਥੋੜ੍ਹਾ, ਪਰ ਜ਼ਿਆਦਾ ਕਾਂਗਰਸ ਨੂੰ ਹੋ ਸਕਦਾ ਇਹ ਫੈਕਟਰ। ਜਿਹੜੀ ਨੂੰ ਆ ਪਰਮਪਾਲ ਕੌਰ ਕੇ ਇਸ, ਹਾਂਜੀ ਮਲੂਕਾ, ਉਹ ਮੈਡਮ ਜਿਹੜੇ IAS ਦੀ ਨੌਕਰੀ 5-7 ਮਹੀਨੇ ਦੀ ਛੱਡ ਕੇ
ਤੇ ਬੜੇ ਧੜੱਲੇ ਦੇ ਨਾਲ ਇਸ ਮੈਦਾਨ ਦੇ ਵਿੱਚ ਉਤਰੇ ਆ, ਉਹਨਾਂ ਨੂੰ ਅਰਬਨ ਵੋਟ ਦਾ ਤੇ ਫਾਇਦਾ ਹੋ ਸਕਦਾ ਹੈ, ਉਹ ਜਿਤਨਾ ਪਹਿਲਾਂ ਉਹਦੀ ਆ, ਪਰ ਉੱਥੇ ਉਹਨਾਂ ਦੀ ਦਿੱਕਤ ਇੱਕ ਜ਼ਰੂਰ ਹੋਊਗੀ, ਜਿਹੜੀ ਅਰਬਨ ਵੋਟ ਆ ਕਿਉਂਕਿ ਬਾਹਰੋਂ ਆ ਗਏ, ਅਕਾਲੀਆਂ ਵੱਲੋਂ ਆ ਗਏ, ਬਹੁਤੇ ਬਾਹਰ ਨਹੀਂ ਹੈ ਕਿਉਂਕਿ ਇਕੱਠੇ ਵੀ ਰਹੇ ਆ, ਨੌਵਾਂ ਦਾ ਰਿਸ਼ਤਾ ਵੀ ਰਿਹਾ, ਪਰ ਫਿਰ ਵੀ ਹੈ ਤੇ ਦੂਜੀ ਪਾਰਟੀ ਦੇ, ਜਿਹੜੇ ਉਹਨਾਂ ਦੇ ਆਪਣੇ ਬੰਦੇ ਇਸ ਗੱਲ ਲਈ ਹੋਣਗੇ ਤਤਪਰ ਹੋਣਗੇ ਕਿ ਸਾਨੂੰ ਸੀਟ ਮਿਲਣੀ ਚਾਹੀਦੀ ਆ, ਜਿਨ੍ਹਾਂ ਨੇ ਬਹੁਤ ਦੇਰ ਦੇ ਪੁਰਾਣਾ ਪਾਰਟੀ ਦਾ ਲੀਡਰ ਹੈਗੇ, ਉਸ ਦਾ ਉਹਨਾਂ ਨੂੰ ਇਸ ਕਿਸਮ ਦਾ ਇੱਕ ਚੁਣੌਤੀ ਹੋ ਸਕਦੀ ਆ, ਨੌਨ ਕੋਆਪਰੇਸ਼ਨ ਹੋ ਸਕਦਾ। ਰੂਰਲ ਏਰੀਏ 'ਚ ਤੇ ਜਨਰਲੀ ਹੈ ਹੀ ਆ, ਜਿਨ੍ਹਾਂ ਨੂੰ ਕੰਪੇਨ ਨਹੀਂ ਕਰਨ ਦਿੱਤਾ ਜਾਂਦਾ ਤੇ ਉਹਨਾਂ ਦੀਆਂ ਵੋਟਾਂ 'ਤੇ ਕੀ ਹੋਣੀਆਂ, ਹੋ ਸਕਦਾ ਇਹਨਾਂ ਹਾਲਾਤਾਂ 'ਚ BJP ਭਾਵੇਂ ਚੌਥੇ ਨੰਬਰ 'ਤੇ ਹੋ ਜੇ ਮੇਰੇ ਮੁਤਾਬਕ। ਖੁੱਡੀਆਂ ਸਾਹਿਬ ਤਕੜੇ ਆ, ਇਹੋ ਜਿਹੀ ਕੋਈ ਗੱਲ ਨਹੀਂ ਹੈ। ਹਰਸਿਮਰਤ ਕੌਰ ਬਾਦਲ ਬਿਲਕੁਲ ਪੂਰਾ ਜ਼ੋਰ ਤਨ ਮਨ ਧਨ ਜਿਹਨੂੰ ਕਹਿੰਦੇ ਆ ਉਸ ਕਿਸਮ ਦਾ ਲੱਗਾ, ਪੂਰੀ ਪਾਰਟੀ ਦਾ ਵੀ ਲੱਗਣਾ ਕਿਉਂਕਿ ਕੋਈ ਜ਼ਿਆਦਾ ਉਹਨਾਂ ਦਾ ਫੋਕਸ ਇੱਕੋ ਸੀਟ 'ਤੇ ਸਭ ਤੋਂ ਵੱਧ ਹੋਣਾ, ਸਟਾਰ ਜਿਹਨੂੰ ਕਹੋ ਕੈਂਡੀਡੇਟ, ਉਹਨਾਂ ਦਾ ਵੀ ਕਾਫੀ ਤਕੜਾ ਜ਼ੋਰ ਜੱਫਾ ਚੱਲਿਆ ਹੋਇਆ। ਅਤੇ ਕਿਉਂਕਿ ਕਾਂਗਰਸ ਦਾ ਜਨਰਲ ਮਾਹੌਲ ਬਣਿਆ, ਉਹਦਾ ਜੀਤਮਿੰਦਰ ਸਿੰਘ ਸਿੱਧੂ ਹੋਣਾਂ ਨੂੰ ਫਾਇਦਾ ਹੋ ਸਕਦਾ, ਬਾਕੀ ਉਹਨਾਂ ਦੀ ਆਪਣੀ ਕਲਾਕਾਰੀ ਵੀ ਦੇਖਣ ਨੂੰ ਮਿਲੂਗੀ ਕਿ ਉਹ ਉਹਨਾਂ ਨੇ ਕਿੰਨਾ ਕੁ ਕੰਮ ਕੀਤਾ। ਇਸ ਕਿਸਮ ਦਾ ਮੈਨੂੰ ਲੱਗਦਾ ਕਿ ਮਾਹੌਲ ਉੱਥੇ ਦਾ ਹੋਊਗਾ। ਬਹੁਤਿਆਂ ਨੂੰ ਹੁੰਦਾ ਕਿ ਦੱਸੋ ਤਾਂ ਸਹੀ ਜਿੱਤੂਗਾ ਕੌਣ, ਇਹ ਅਜੇ ਹਾਲ ਦੀ ਘੜੀ ਨਹੀਂ ਕੁਛ ਵੀ ਇਹਦੇ 'ਤੇ ਕਮੈਂਟ ਕੀਤੇ ਜਾ ਸਕਦੇ, ਕਿਉਂਕਿ ਜਿਹੜੇ ਪਿਛਲੇ ਦੋ ਦਿਨ ਆ ਉਹ ਇਸ ਤਰੀਕੇ ਨਾਲ ਹਨੇਰੀ ਜਿਹੀ ਆਉਂਦੀ ਆ, ਰਾਤੋਂ ਰਾਤ ਪਤਾ ਨਹੀਂ ਕੌਣ ਕਿੱਧਰ ਨੂੰ ਕੀ ਲੈ ਜਾਂਦਾ, ਕਿ ਫਿਰ ਅਗਰ ਐਨ ਜਦੋਂ EVM ਦੀ ਗਿਣਤੀ ਹੁੰਦੀ ਉਦੋਂ ਹੀ ਪਤਾ ਲੱਗਦਾ ਵੀ ਉਹ ਲੈ ਗਿਆ ਯਾਰ, ਗੱਲ ਤਾਂ ਕੁਛ ਹੋਰ ਸੀ, ਨਿਕਲ ਆਈ ਕੁਛ ਹੋਰ। ਇਹ ਆਪਾਂ ਉਦੋਂ ਬਾਅਦ ਹੀ ਇਹੋ ਜਿਹੀਆਂ ਗੱਲਾਂ ਕਰਾਂਗੇ। ਹਾਂਜੀ, ਲੜੀ ਮੇਰਾ ਖਿਆਲ 25-26 ਹਜ਼ਾਰ ਵੋਟ ਵੀ ਲੈ ਗਿਆ ਸੀ, ਕਾਫੀ ਲੈ ਗਿਆ ਸੀ, ਪਰ ਨਾਲ ਹੀ ਉਹਨਾਂ ਨੇ ਟਿਕਟ ਜਿਹੜੀ ਆ ਉਹ SSM ਸੰਯੁਕਤ ਸਮਾਜ ਮੋਰਚੇ ਵਾਲੀ ਟਿਕਟ, ਰਾਜੇਵਾਲ ਹੁਣ ਵਾਲੀ ਟਿਕਟ ਦੇ ਉੱਤੇ ਚੋਣ ਲੜੀ ਸੀ, ਸੀਗੀ ਆਜ਼ਾਦ, ਕਿਉਂਕਿ ਕੋਮਨ ਕੋਈ ਕੋਮਨ ਸਿੰਬਲ ਤੇ ਸੀਗਾ ਨਹੀਂ, ਅਜੇ ਪਾਰਟੀ ਰਜਿਸਟਰ ਨਹੀਂ ਸੀ ਹੋਈ। ਹੁਣ ਉਹਨਾਂ ਨੇ ਇੱਕ ਸਿੰਬਲ ਫੇਰ ਲੈ ਲਿਆ, ਕੰਮ ਉਹਨਾਂ ਦਾ ਆਪਣਾ ਹੀ ਆ, ਨਿੱਜੀ ਆ, ਜਿਹੜਾ ਲੱਖੇ ਦੀ ਆਪਣੀ ਪੋਲੀਟਿਕਸ, ਜਿਸ ਤਰ੍ਹਾਂ ਬੈਂਸ ਬ੍ਰਦਰ ਦੀ ਪੋਲੀਟਿਕਸ ਸੀਗੀ, ਉਸ ਕਿਸਮ ਦੀ ਪੋਲੀਟਿਕਸ, ਦਬੰਗੀ ਦੀ, ਤੁਰੰਤ ਫੈਸਲੇ ਦੀ, ਦਬਦਬਾ ਦੀ, ਉਸ ਕਿਸਮ ਦੀ ਉਹਨਾਂ ਦਾ ਇੱਕ ਨਿੱਜੀ ਕਲਾਊਟ ਜਿਹੜਾ, ਜਾਂ ਜੋ ਵੀ ਕੰਮ ਕਰਨ ਦੇ ਤਰੀਕੇ ਆ, ਪਰ ਜਿਹੜਾ ਸੀਟ ਜਿਹੜਾ ਚੋਣ ਨਿਸ਼ਾਨ ਆ ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ, ਉਹ ਬਿਲਕੁਲ ਉਸੇ ਤਰ੍ਹਾਂ ਹੀ ਆ, ਕੋਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰੋਗਰਾਮ ਨਾਲ ਸਹਿਮਤੀ ਹੋਵੇ ਜਾਂ ਨਾ ਹੋਵੇ, ਇਹ ਉਹਨਾਂ ਨੂੰ ਇਹ ਹਿੱਤ ਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ, ਕਿ ਦੇਖੋ ਜੀ ਵੋਟਾਂ ਉਹਨੇ ਲੈ ਜਾਣੀਆਂ, ਉਹ ਇਹਨਾਂ ਦੇ ਅਕਾਊਂਟ 'ਚ ਪਾਰਟੀ ਦੇ ਅਕਾਊਂਟ 'ਚ ਆ ਜਾਣਗੀਆਂ ਕਿ ਇੰਨੀਆਂ ਵੋਟਾਂ ਲਈਆਂ, ਉਹ ਉਹਨਾਂ ਨੂੰ ਕ੍ਰੈਡਿਟ ਮਿਲਦਾ ਇਲੈਕਸ਼ਨ ਕਮਿਸ਼ਨ ਦੇ ਵਿੱਚ। ਕੱਲ ਨੂੰ ਕਹਿਣਗੇ ਦੇਖੋ ਸਾਡੀ ਪਾਰਟੀ ਨੇ ਇਹਨਾਂ ਚੋਣਾਂ ਦੇ ਵਿੱਚ ਇੰਨੀਆਂ ਪਰਸੈਂਟ ਵੋਟਾਂ ਲਈਆਂ। ਉਹਨਾਂ ਨੂੰ ਇਹ ਆ ਕਿ ਇੱਕ ਜਾਣਿਆ ਪਛਾਣਿਆ ਸਿੰਬਲ ਮਿਲ ਗਿਆ ਅਤੇ ਉਹਦੇ ਨਾਲ ਉਹ ਆਪਣਾ ਥੋੜ੍ਹਾ ਕਰਨਗੇ। ਇਹ ਸੋਚਣਾ ਕਿ ਉਹ ਜਿੱਤ ਜਾਣਗੇ ਜਾਂ ਬਹੁਤ ਤਕੜਾ ਹੋ ਜੂਗਾ, ਉਹ ਮੈਨੂੰ ਮੁਸ਼ਕਲ ਲੱਗਦਾ ਆ। ਹਾਂ, ਇੱਕੋ ਹੀ ਉਹਦਾ ਲੱਖਾ ਸਿਧਾਣਾ ਨੂੰ ਸੁਖਵਿੰਦਰ ਫਾਇਦਾ ਹੋਊਗਾ ਕਿ ਉਹ ਆਪਣੀ ਗਰਾਊਂਡ ਇੰਨੀ ਕੁ ਤਿਆਰ ਕਰ ਜੂਗਾ ਕਿ 2027 ਦੀਆਂ ਜਿਹੜੀਆਂ ਸਟੇਟ ਦੀਆਂ ਇਲੈਕਸ਼ਨਾਂ ਆ ਉਹਦੇ ਵਿੱਚ ਫਿਰ ਸ਼ਾਇਦ ਉਹ ਵਿਧਾਨ ਸਭਾ 'ਚ ਜਾ ਕੇ ਬੈਠ ਜਾਏ, ਕਿਉਂਕਿ ਇੰਨਾ ਕਿਤੇ ਮਿਹਨਤ ਮੂਹਨਤ ਕਈ ਚਿਰਾਂ ਦੀ ਲੱਗੇ ਹੋਏ ਕਾਰਨ ਇੰਨਾ ਕੁ ਦਾ ਕਈ ਵਾਰੀ ਲੱਗ ਜਾਂਦਾ।
ਬਿਲਕੁਲ ਬਠਿੰਡੇ ਵਾਲੀ ਸੀਟ ਬਹੁਤ ਅਹਿਮ ਹੋਏਗੀ ਕਿਉਂਕਿ ਇਹਦੇ ਨਾਲ ਅਕਾਲੀ ਦਲ ਦੀ ਆਪਣੀ ਸਿਆਸਤ ਦਾ ਵੀ ਪਤਾ ਲੱਗੇਗਾ, ਬਾਕੀਆਂ ਸੀਟਾਂ ਤੇ ਕਿੱਦਾਂ ਦਾ ਅਸਰ ਹੁੰਦਾ। ਸੁਖਬੀਰ ਬਾਦਲ ਚੋਣ ਮੈਦਾਨ ਵਿੱਚ ਨਹੀਂ ਇਸ ਵਾਰੀ ਉਤਰੇ, ਉਦਾਂ ਪ੍ਰਚਾਰ ਕਰ ਰਹੇ ਨੇ ਪਰ ਹੁਣ ਉਹਨਾਂ ਨੇ ਕੋਈ ਲੋਕ ਸਭਾ ਜਾਣ ਦਾ ਮਨ ਨਹੀਂ ਉਹਨਾਂ ਦਾ ਬਣਿਆ, ਇਸ ਕਰਕੇ ਇੱਥੇ ਰਹਿ ਕੇ ਪੰਜਾਬ 'ਚ ਪੰਜਾਬ ਦੀ ਪੋਲਿਟਿਕਸ ਜਾਂ ਪੰਥਕ ਮੁੱਦਿਆਂ ਨੂੰ ਉਭਾਰਨ ਦੀ ਗੱਲ ਜਾਂ ਐਲਾਨਨਾਮਾ ਜੋ ਕੀਤਾ ਉਹ ਸਾਰਾ ਉਹ ਅਸਰ ਦਿਖਾਉਂਦਾ ਹੈ ਕਿ ਨਹੀਂ, ਇਹ ਬਹੁਤ ਅਹਿਮ ਹੋਏਗਾ ਬਾਦਲ ਪਰਿਵਾਰ ਦੀ ਸਿਆਸਤ ਦੇ ਲਈ। ਸੰਗਰੂਰ ਵਾਲੀ ਸੀਟ ਦੀ ਗੱਲ ਇਹ ਵੀ ਬੇਹਦ ਅਹਿਮ ਹੈ, ਮੁੱਖ ਮੰਤਰੀ ਸਾਹਿਬ ਆਮ ਆਦਮੀ ਪਾਰਟੀ ਦੀ ਰਾਜਧਾਨੀ ਹੈ ਤੇ ਹੁਣ ਇੱਥੇ ਸਿਮਰਨਜੀਤ ਸਿੰਘ ਮਾਨ ਹੋ ਗਏ ਜਾਂ ਉੱਧਰੋਂ ਖੰਨਾ ਸਾਹਿਬ ਬੀਜੇਪੀ ਵੱਲੋਂ ਹੋ ਗਏ, ਮੀਤ ਹੇਅਰ ਹੋ ਗਏ ਆਮ ਆਦਮੀ ਪਾਰਟੀ ਦੇ, ਤੇ ਵੱਡਾ ਚਿਹਰਾ ਸੁਖਪਾਲ ਸਿੰਘ ਖਹਿਰਾ ਜਿਹਦੇ ਬਾਰੇ ਭਗਵੰਤ ਮਾਨ ਸਾਹਿਬ ਕੋਈ ਥਾਂ ਆਉਂਦਾ ਜਿੱਥੇ ਨਾ ਆਉਂਦੇ ਉਹਨਾਂ ਉੱਤੇ ਜਿਵੇਂ ਕਿੱਕਲੀਆਂ ਬਣਾਉਂਦੇ ਨੇ ਕੋਈ ਥਾਂ ਛੱਡਣ। ਅਕਾਲੀ ਦਲ ਦੇ ਇਕਬਾਲ ਸਿੰਘ ਝੂੰਦਾ ਹੈ ਨਾ ਸੰਗਰੂਰ ਤੋਂ ਹੈਗੇ ਆ, ਇਸ ਤਰ੍ਹਾਂ ਆ ਕਿ ਉੱਥੇ ਵੀ ਬਿਲਕੁਲ ਜ਼ਿਆਦਾ ਜਿਹੜੀ ਸਰਗਰਮੀ ਜਾਂ ਜ਼ਿਆਦਾ ਦਿਲਚਸਪੀ ਇਸ ਕਰਕੇ ਬਣ ਗਈ ਕਿ ਆਮ ਆਦਮੀ ਪਾਰਟੀ ਦਾ ਹੈ, ਜਿਸ ਤਰੀਕੇ ਨਾਲ ਉੱਥੇ ਖੁੱਡੀਆਂ ਸਾਹਿਬ ਹੈ, ਮੀਤ ਹੇਅਰ ਦਾ ਵੀ ਇੱਕ ਤੇ ਕੈਬਨਿਟ ਮਿਨਿਸਟਰ ਆ, ਦੂਸਰਾ ਉਹਨਾਂ ਦਾ ਰੈਪੂਟੇਸ਼ਨ ਠੀਕ ਆ, ਸ਼ਰੀਫ ਆ, ਯੰਗ ਆ, ਸਾਰਾ ਕੁਝ, ਉਹਨਾਂ ਦਾ ਵੀ ਟੈਸਟ ਇਹ ਵੱਡਾ ਹੈਗਾ। ਦੂਸਰਾ ਜੇ ਲਿਆ ਜਾਏ ਬਾਕੀ ਗੱਲਾਂ ਤੇ ਉਹੀ ਫੈਕਟਰ ਆ ਜਿਹੜੀਆਂ ਬਠਿੰਡੇ 'ਚ ਆ ਉਹ ਸੰਗਰੂਰ 'ਚ ਵੀ ਹੈਗੇ ਆ, ਉਹ ਰਿਪੀਟ ਕਰਨ ਦੀ ਬਹੁਤਾ ਲੋੜ ਨਹੀਂ ਹੈਗੀ। ਸੰਗਰੂਰ ਦੇ ਵਿੱਚ ਜਿਹੜਾ ਖਹਿਰਾ ਸੁਖਪਾਲ ਸਿੰਘ ਖਹਿਰਾ ਆ ਉਹ ਉੱਥੋਂ ਦੇ ਦੇਖੋ ਇਸ ਵੇਲੇ ਸਿਟਿੰਗ ਪਲੱਥ ਤੋਂ MLA ਵੀ ਹੈ ਤੇ ਇੱਥੇ ਆ ਕੇ ਜਦੋਂ ਚੋਣ ਲੜੇ ਆ ਤੇ ਸ਼ੁਰੂ 'ਚ ਇੰਝ ਲੱਗਦਾ ਸੀਗਾ, ਕਈ ਉਹਨਾਂ ਨੂੰ ਵੀ ਹਿਕਅਪਸ ਜਿਹਨੂੰ ਹਿਚਕੀ ਕਹਿੰਦੇ ਆ ਲੱਗੀ, ਉਹ ਇਹ ਸੀ ਕਿ ਪਹਿਲਾਂ ਤੇ ਗੋਲਡੀ ਨੇ ਹੀ ਕਹਿਤਾ, ਫਿਰ ਗੋਲਡੀ ਨੇ ਪਿਆਰ ਦਿਖਾ ਤਾ, ਗੋਲਡੀ ਕਹਿੰਦਾ ਵੀ ਤਕੜੇ ਹੋ ਜਾਓ ਅਸੀਂ ਸਾਰੇ ਖਹਿਰਾ ਸਾਹਿਬ ਨੂੰ ਜਿਤਾਉਣਾ, ਤੇ ਰਾਤ ਨੂੰ ਗੱਲਾਂ ਹੋਈਆਂ ਵੀ ਆ ਜਾਓ ਆਪਾਂ ਸਵੇਰੇ ਇਕੱਠੇ ਕੰਪੇਨ ਕਰਨੇ ਆ ਤੇ ਸਵੇਰੇ ਕਿਸੇ ਹੋਰ ਛਤਰੀ ਤੇ ਬਹਿ ਗਏ ਜਾ ਕੇ, ਇਸ ਲਈ ਆਮ ਆਦਮੀ ਪਾਰਟੀ 'ਚ ਚਲੇ ਗਏ। ਇਸ ਤਰ੍ਹਾਂ ਹੁੰਦਾ ਹੀ ਆ, ਉਹ ਫਿਰ ਉਹ ਹੈਰਾਨ ਰਹੇ ਇੱਕ ਅੱਧਾ ਦਿਨ ਤੇ ਉਹਨਾਂ ਨੂੰ ਇਸੇ ਗੱਲ ਦਾ ਹੀ ਸ਼ੌਕ ਲੱਗਾ ਹੋਣਾ ਵੀ ਆਹ ਮੇਰੇ ਨਾਲ ਚੰਗੀ ਬਕੌਲੀ ਕੀਤੀ ਆ, ਮੈਨੂੰ ਕਹਿ ਕੇ ਇਹ ਤੇ ਮੇਰੇ ਘਰ ਆ ਜਾਇਓ ਰੋਟੀ ਪਾਣੀ ਖਾਂਦੇ ਹਾਂ ਤੇ ਅਗਲੇ ਦਿਨ ਦੂਜੇ ਪਾਸੇ ਜਾ ਕੇ ਬ੍ਰੇਕਫਾਸਟ ਕਰ ਲਿਆ। ਇਹ ਹੁੰਦਾ ਆ ਇੱਥੇ ਹੋਰਨਾਂ ਕਈਆਂ ਵੀ ਹਲਕਿਆਂ ਦੇ ਵਿੱਚ ਕਾਫੀ ਇਹ ਕੁਝ ਚੱਲ ਰਿਹਾ। ਚਲੋ ਜਿਹਨੂੰ ਜਿੱਥੇ ਜਿਹਨੇ ਮੁੱਲ ਪਵਾਉਣਾ ਸੀ ਉਹ ਉਹਨਾਂ ਨੇ ਪਵਾ ਲਿਆ। ਇਹ ਜਿਹੜੀ ਸੁਣ ਆ ਰਹੀ ਆ ਗੱਲਬਾਤ ਕਿ ਕੋਈ ਕਮਜ਼ੋਰ ਕੈਂਡੀਡੇਟ ਨਹੀਂ ਹੈ, ਜਿਵੇਂ ਸ਼ੁਰੂ ਦੇ ਵਿੱਚ ਕਾਫੀ ਇਹਨਾਂ ਦੇ ਵਿਰੁੱਧ ਆਇਆ ਸੀ ਕਿ ਬਾਹਰੀ ਕੈਂਡੀਡੇਟ ਆ, ਇੱਥੇ ਕੌਣ ਆ, ਕੌਣ ਪੁੱਛੂਗਾ, ਕਿੱਦਾਂ ਨਹੀਂ ਹੈ, ਕਿਉਂਕਿ ਉਹ ਇੱਕ ਬੁਲਾਰੇ ਤਕੜੇ ਆ, ਨੋਨ ਚਿਹਰੇ ਆ ਤੇ ਲੋਕਾਂ ਦੀ ਇੱਕ ਨਿੱਜੀ ਇੱਕ ਉਹਨਾਂ ਦਾ ਵੀ ਲੋਕਾਂ ਦੇ ਨਾਲ ਕਲਿੱਕ ਕਰਨਾ ਉਹ ਪੂਰਾ ਲੱਗੇ ਹੋਏ ਆ, ਫਿਰ ਪੈਸੇ ਦੀ ਕੋਈ ਬਹੁਤੀ ਕਮੀ ਨਹੀਂ ਹੁੰਦੀ, ਜਿਹੜਾ ਕਿ ਖਰਚਾ ਵਰਚਾ ਕਾਫੀ ਇਹੋ ਜਿਹਾ ਕੰਮਾਂ ਲਈ ਹੁੰਦਾ, ਇਹ ਚੋਣ ਬੜੀ ਖਰਚੀਲੀ ਚੀਜ਼ ਹੈਗੀ। ਇਸ ਕਰਕੇ ਜਿੱਥੇ ਉਹਨਾਂ ਨੂੰ ਬਾਕੀ ਜਨਰਲ ਆਲ ਇੰਡੀਆ ਦੀ ਜਿਹੜੀ ਚੱਲ ਰਹੀ ਹੈ ਕੈਂਪੇਨ ਔਰ ਜਿਹੜਾ ਮਾਹੌਲ ਬਣਦਾ ਜਾ ਰਿਹਾ ਮੋਦੀ ਵਰਸਿਸ ਰਾਹੁਲ ਉਹਦਾ ਫਾਇਦਾ ਹੋਣਾ, ਕੁਛ ਉਹਨਾਂ ਦੇ ਨਿੱਜੀ ਕਲਾਊਟ ਦਾ ਵੀ ਫਾਇਦਾ ਹੋਣਾ, ਪਰ ਤੁਸੀਂ ਇਸ ਗੱਲ ਸਾਰੀਆਂ ਨੂੰ ਮਿਲਾ ਕੇ ਇਹ ਕਹੋ ਕਿ ਇਹ ਜਿੱਤਿਆ ਪਿਆ, ਇਹ ਸਵਾ ਇਹ ਨਹੀਂ, ਇਹ ਬਿਲਕੁਲ ਅਜੇ ਇਸ ਤਰੀਕੇ ਨਾਲ ਤੁਸੀਂ ਨਹੀਂ ਕਹਿ ਸਕਦੇ। ਬਹੁਤ ਸਾਰੀਆਂ ਇਫਸ ਐਂਡ ਬਟਸ ਆਪ ਅਗਲੇ ਇੱਕ ਹਫ਼ਤੇ 'ਚ ਤੁਹਾਨੂੰ ਦੇਖਣ ਨੂੰ ਮਿਲ ਜਾਣਗੀਆਂ, ਕਿਉਂਕਿ ਫਿਰ ਮੈਂ ਉਹੀ ਵਾਰ ਵਾਰ ਗੱਲ ਕਹਿੰਦਾ ਕਿ ਜਿੱਦਣ ਇਹ ਚੋਣ ਪ੍ਰਚਾਰ ਬੰਦ ਹੋਣਾ ਉਦੋਂ ਇੱਕ ਦੂਜੀ ਚੋਣ ਜਿਹੜੀ ਪ੍ਰਚਾਰ ਜਿਹੜਾ ਚੁੱਪ ਚੁਪੀਤੇ ਉਹ ਜਿਹੜਾ ਦਾਨ ਪ੍ਰਚਾਰ ਜਿਹੜਾ ਉਹ ਸ਼ੁਰੂ ਹੋ ਜਾਣਾ ਵੀ ਕੌਣ ਕਿਹਨੇ ਕੀ ਦਿੱਤਾ ਉੱਧਰ ਨੂੰ ਵੋਟ ਪਾਉਣੀ ਆ, ਉਹ ਬੜੇ ਵੱਡੇ ਪੱਧਰ 'ਤੇ ਹਰ ਵਾਰੀ ਹੁੰਦਾ ਅਤੇ ਉਹ ਕਿਹੜਾ ਕਿੰਨਾ ਕੁ ਕਰ ਜਾਂਦਾ ਉਹਦੇ ਦਾ ਅਸਰ ਆਪਣੇ ਆਪ 'ਚ ਹੁੰਦਾ। ਸਾਡੇ ਹੁਣ ਵੋਟਰ ਸਾਡੇ ਇਹੋ ਜਿਹੇ ਹੈਗੇ ਆ, ਕੀ ਕਰੀਏ।
ਜਿੱਥੋਂ ਤੱਕ ਹੈਗਾ ਹੁਣ ਭਗਵੰਤ ਮਾਨ ਦੀ ਆਪਣੀ ਪ੍ਰੈਸਟੀਜ ਦਾ ਹੈ, ਉੱਥੋਂ ਹੀ ਉਹ ਜਿੱਤਦੇ ਰਹੇ ਆ, ਉਹਨਾਂ ਦਾ ਲੋਕਾਂ ਦੇ ਵਿੱਚ ਕੰਟੈਕਟ ਵੀ ਹੈਗਾ, ਉਹ ਪੂਰਾ ਜ਼ੋਰ ਵੀ ਲਾ ਰਹੇ ਆ, ਧੂਰੀ ਚੋਂ ਵੀ ਉਹ ਜਿੱਤੇ ਹੋਏ ਆ। ਇਹ ਸਾਰਾ ਜਿਹੜਾ ਕੁੱਲ ਮਿਲਾ ਕੇ ਅਸਲ 'ਚ ਸੰਗਰੂਰ ਦੀ ਜਿਹੜੀ ਸੀਟ ਆ ਉਹ ਭਗਵੰਤ ਮਾਨ ਹੋਣਾ ਦੀ ਆਪਣੀ ਪ੍ਰੈਸਟੀਜ ਅਤੇ ਮੁੱਛ ਦੇ ਵਾਲ ਦਾ ਸਵਾਲ ਵੀ ਹੈ। ਇਸ ਲਈ ਉਹ ਤਾਂ ਪੂਰੀ ਕੋਸ਼ਿਸ਼ ਕਰਨਗੇ, ਉਹਨਾਂ ਦੇ ਮੇਰਾ ਖਿਆਲ ਹੈ ਵਾਈਫ ਵੀ ਲੱਗੇ ਹੋਏ ਆ ਇਸ ਦੇ ਵਿੱਚ। ਮੈਂ ਦੇਖ ਰਿਹਾ ਸੀ ਕੁਛ ਕੁ ਵੀਡੀਓ, ਪੂਰੇ ਤਰੀਕੇ ਨਾਲ ਘੱਟੋ ਘੱਟ ਇਸ ਗੱਲ ਦੇ ਉੱਤੇ 20,000 ਨੂੰ ਜਿਤਾਉਣ ਲਈ ਲੱਗੇ ਹੋਏ ਹਨ। ਜਿੱਥੋਂ ਤੱਕ ਸਵਾਲ ਹੈਗਾ ਆ ਝੂੰਦਾ ਸਾਹਿਬ ਦਾ, ਹਾਂ ਉਹ ਦੇਖੋ ਇਹ ਜਾਂ ਤਾਂ ਪਹਿਲਾਂ ਹੀ ਸ਼ੁਰੂ ਤੋਂ ਗੱਲ ਕਰ ਲੈਂਦੇ ਢੀਂਡਸਿਆਂ ਦੇ ਪਰਿਵਾਰ ਦੇ ਨਾਲ, ਉਹ ਸ਼ੁਰੂ ਤੋਂ ਗੱਲ ਇਹਨਾਂ ਨੇ ਕੀਤੀ ਨਹੀਂ। ਗੱਲ ਜਿਸ ਤਰ੍ਹਾਂ ਹੋਈ ਮੈਂ ਜਿੰਨਾ ਕੁ ਪਤਾ ਕੀਤਾ, ਉਹ ਕਹਿੰਦੇ ਜੀ ਕੀਤੀ ਆ, ਉਹ ਕਹਿੰਦੇ ਜੀ ਚਲੋ ਜੀ। ਕਈ ਵਾਰੀ ਹੁੰਦਾ ਆ ਨਾ ਕੋਈ ਨਹੀਂ ਜੀ ਘਰ ਦੀ ਗੱਲ ਆ, ਫਿਰ ਉਹ ਘਰ ਦੀ ਗੱਲ ਵਿੱਚੋਂ ਅਸਲੀ ਗੱਲ ਹੋਰ ਨਿਕਲ ਆਉਂਦੀ ਆ। ਇਸ ਤਰ੍ਹਾਂ ਰਿਸ਼ਤਿਆਂ 'ਚ ਵੀ ਹੁੰਦਾ, ਉਹ ਕੁੜੀ ਨੂੰ ਕੀ ਦੱਸੋ ਜੀ ਕੀ ਚਾਹੀਦਾ, ਕੁੜੀ ਨੂੰ ਕੀ ਦੇ, ਉਹ ਨਾ ਜੀ ਆਪਣੀ ਕੁੜੀ ਆ, ਇਹਦੇ 'ਚ ਕੀ ਆ, ਦੇਣ ਦੀ ਕੋਈ ਗੱਲ ਨਹੀਂ। ਬਾਅਦ 'ਚ ਕਹਿਣਾ ਜੀ ਫਲਾਨੀ ਕਾਰ ਚਾਹੀਦੀ ਸੀ, ਫਲਾਨਾ ਚਾਹੀਦਾ, ਫਿਰ ਉਹ ਅਗਲੇ ਤੰਗ ਹੋ ਜਾਂਦੇ ਆ ਯਾਰ, ਜਦ ਤੁਹਾਨੂੰ ਜਦੋਂ ਪੁੱਛਿਆ ਸੀ ਉਦੋਂ ਤਾਂ ਤੁਸੀਂ ਦੱਸਿਆ ਨਹੀਂ। ਇਹੋ ਜਿਹਾ ਮੈਨੂੰ ਥੋੜ੍ਹਾ ਜਿਹਾ ਉਹਨਾਂ ਦੇ ਆਪਸੀ ਗੈਪ ਆਫ ਕਮਿਊਨੀਕੇਸ਼ਨ ਕਹੋ ਜਾਂ ਥੋੜ੍ਹੀ ਜਿਹੀ ਕੁਛ ਵੀ ਕਹਿ ਲਓ, ਇਹ ਗੱਲਾਂ ਉੱਥੇ ਲੱਗੀਆਂ ਜਿਹੜੇ ਵੱਡੇ ਢੀਂਡਸਾ ਸਾਹਿਬ ਸੁਖਦੇਵ ਸਿੰਘ ਢੀਂਡਸਾ ਅਤੇ ਸੁਖਬੀਰ ਬਾਦਲ ਦੇ ਹੁਣਾਂ ਦੇ, ਉਹ ਜਿਹੜੀ ਫਿਆਸਕੋ ਹੋ ਗਈ ਸ਼ੁਰੂ 'ਚ ਉਹਦਾ ਨੁਕਸਾਨ ਹੁੰਦਾ ਆ, ਕਿਉਂਕਿ ਜੋ ਮਰਜ਼ੀ ਕਹੋ ਜਿੰਨਾ ਕੁ ਵੀ ਹੈ ਉਹ ਇੱਕ ਨੈਗੇਟਿਵ ਗਿਆ। ਪਰਮਿੰਦਰ ਢੀਂਡਸਾ ਬਾਪ ਬੇਟੇ ਦਾ ਇੱਕ ਉਸ ਏਰੀਏ ਦੇ ਵਿੱਚ ਕਾਫੀ ਹੈ ਵੀ ਸੀ, ਉਹ ਚਾਹੁੰਦੇ ਵੀ ਸੀ, ਅਤੇ ਉਹਨਾਂ ਨੂੰ ਉਹ ਸੀਟ ਨਾ ਦੇ ਕੇ ਅਤੇ ਇਸ ਤਰੀਕੇ ਨਾਲ ਦੇ ਕੇ ਉਹਦਾ ਇੱਕ ਨੁਕਸਾਨ ਹੋਇਆ। ਪਰ ਦੂਸਰਾ ਮੈਨੂੰ ਲੱਗਦਾ ਅਕਾਲੀ ਦਲ ਜਿਹੜਾ ਹੈ ਉਹ ਇਸ ਵੇਲੇ ਇਸ ਗੱਲ 'ਤੇ ਬਜ਼ਿੱਦ ਨਹੀਂ ਹੈ ਕਿ ਉਹਨਾਂ ਨੇ ਸੀਟ ਜਿੱਤਣੀ ਆ, ਉਹ ਇਸ ਗੱਲ ਜਿੱਤ ਜਾਏ ਤਾਂ ਕੋਈ ਬੁਰਾ ਤਾਂ ਕਿਸੇ ਨੂੰ ਨਹੀਂ ਲੱਗਦਾ। ਜਿਵੇਂ ਸੰਤ ਜਰਨੈਲ ਸਿੰਘ ਭਿੰਡਰ ਵਾਲੇ ਕਹਿੰਦੇ ਸੀ ਵੀ ਅਸੀਂ ਖਾਲਿਸਤਾਨ ਲਈ ਨਹੀਂ ਲੜ ਰਹੇ, ਪਰ ਦੇ ਦਿਓਗੇ ਤਾਂ ਸਾਨੂੰ ਬੁਰਾ ਨਹੀਂ ਲੱਗੂਗਾ, ਲੈ ਲਾਂਗੇ। ਉਹੋ ਗੱਲ ਹੁੰਦੀ ਆ ਵੀ ਬੁਰਾ ਲੱਗਦਾ ਨਹੀਂ ਹੈਗਾ, ਪਰ ਉਹ ਕਹਿੰਦੇ ਕਿ ਅਸੀਂ ਤਾਂ ਇੱਕ ਨਵੀਆਂ ਲੀਆਂ ਜਿਹੜੀ ਪਹਿਲਾ ਅਕਾਲੀ ਦਲ ਸੀ ਉਸ ਪਾਸੇ ਨੂੰ ਚੱਲੇ ਹਾਂ, ਪ੍ਰਚਾਰ ਕਰ ਰਹੇ ਹਾਂ, ਸਾਨੂੰ ਸਾਡਾ ਰਿਵਾਈਵਲ ਦਾ ਸਵਾਲ ਹੈ ਤਾਂ ਕਿ 2027 'ਚ ਅਸੀਂ ਆਪਣੀ ਜੜ ਪੱਕੇ ਤਰੀਕੇ ਨਾਲ ਜਮਾ ਸਕੀਏ। ਅਸੀਂ ਬਹੁਤ ਅਲੱਗ ਥਲੱਗ ਜਾਂ ਹਾਸ਼ੀਏ 'ਤੇ ਚਲੇ ਗਏ ਸੀ, ਹੁਣ ਉਹਨਾਂ ਨੂੰ ਲੱਗਦਾ ਕਿ ਇਹੋ ਜਿਹੇ ਬੰਦੇ ਖੜ੍ਹੇ ਕਰਕੇ ਜਿਹੜੇ ਕੈਲੀਬਰ ਵਾਲੇ ਬੰਦੇ ਆ, ਅਸੀਂ ਕੁਛ ਤਾਂ ਜਿਹੜੇ ਇੱਧਰ ਉੱਧਰ ਪਾਵੇ ਚੂਲਾਂ ਹਿੱਲ ਜਾਂਦੀਆਂ ਉਹਨਾਂ ਨੂੰ ਇੱਕ ਪਾਸੇ ਕਰਕੇ ਅਤੇ ਇੱਕ ਨਵੇਂ ਕਿਸਮ ਦੇ ਥੰਮ ਖੜ੍ਹੇ ਕਰਕੇ ਇੱਕ ਮਜ਼ਬੂਤ ਪਾਰਟੀ ਦਾ ਢਾਂਚਾ ਨਵੇਂ ਤਕੜੇ ਲੀਡਰ ਪੈਦਾ ਕਰਕੇ ਲੱਗੇ ਹਾਂ, ਅਤੇ ਅਸੀਂ ਪਾਰਟੀ ਦੇ ਰਿਵਾਈਵਲ ਲਈ ਉਸਨੂੰ ਜ਼ਿਆਦਾ ਸਾਡੀ ਹੈਗੀ। ਉਹ ਸੁਖਬੀਰ ਬਾਦਲ ਉਹਨਾਂ ਦਾ ਉਹ ਆਈਡੀਆ ਠੀਕ ਆ, ਉਹਦਾ ਉਹਨਾਂ ਨੂੰ ਫਾਇਦਾ ਹੋ ਵੀ ਰਿਹਾ। ਇਸ ਕਿਸਮ ਨਾਲ ਲੋਕ ਵੀ ਮੈਨੂੰ ਫੀਲਡ ਵਿੱਚੋਂ ਆਵਾਜ਼ਾਂ ਆਉਂਦੀਆਂ ਕਿ ਉਹਨਾਂ ਨੂੰ ਵੋਟ ਪਰਸੈਂਟੇਜ ਦੇ ਹਿਸਾਬ ਨਾਲ ਠੀਕ ਠਾਕ ਰਹਿਣਗੇ, ਵੋਟਾਂ 'ਚ ਜਿਹੜਾ ਜਿੱਤ ਦੇ ਵਿੱਚ ਕਨਵਰਟ ਹੋਣਾ ਉਹ ਹਾਲਾਂ ਸ਼ਾਇਦ ਇਹ ਪੋਸੀਬਲ ਸੰਗਰੂਰ ਦੀ ਸੀਟ 'ਤੇ ਤਾਂ ਪੋਸੀਬਲ ਨਹੀਂ ਹੋਊਗਾ। ਖੰਨਾ ਸਾਹਿਬ ਦਾ ਹੁਣ ਦੇਖੋ ਕੀ ਕਹੀਏ, ਜੇ ਤਾਂ ਉਹ ਉੱਥੇ ਅਰਬਨ ਵੱਡਾ ਹੁੰਦਾ ਜਿਸ ਤਰ੍ਹਾਂ ਇੰਡਸਟਰੀਅਲ ਏਰੀਆ ਆ, ਲੁਧਿਆਣਾ ਆ, ਜਲੰਧਰ ਆ ਜਾਂ ਅੰਮ੍ਰਿਤਸਰ ਆ, ਫਿਰ ਤਾਂ ਉਹਨਾਂ ਦੀ ਗੱਲ ਆਪਾਂ ਕਹਿ ਸਕਦੇ ਸੀ ਬੀਜੇਪੀ ਦੀ। ਪਰ ਹੁਣ ਜਦੋਂ ਜਿਹੜੀ ਬਾਈ ਐਂਡ ਲਾਰਜ ਰੂਰਲ ਏਰੀਆ ਹੈਗਾ ਔਰ ਰੂਰਲ ਏਰੀਏ ਦੇ ਵਿੱਚ ਵੋਟ ਪੈਣੀ ਨਹੀਂ, ਲੋਕ ਤਾਂ ਬਿਲਕੁਲ ਹੀ ਇਸ ਤਰੀਕੇ ਨਾਲ ਹੋਏ ਆ, ਸੀਖ ਪਾਓ ਹੋਏ ਹੋਏ ਆ, ਜਿਸ ਤਰੀਕੇ ਨਾਲ ਮੋਦੀ ਦਾ ਵਿਰੋਧਤਾ ਕੀਤੀ, ਫਿਰ ਉੱਥੋਂ ਹੰਸਰਾਜ ਹੰਸ ਦੀ ਵਿਰੋਧਤਾ ਕੀਤੀ, ਗੱਡੀ ਘੇਰੀ ਗਈ, ਬੰਦੇ ਫੜੇ ਗਏ, ਹੁਣ ਵੀ ਮੋਦੀ ਦੀ ਤੋਂ ਪਹਿਲਾਂ ਵੀ ਕੋਈ ਫੜੋ ਫੜਾਈ ਟੈਂਪਰੇਰੀ ਹੋਈ ਜਾਂ ਉਹਨਾਂ ਨੂੰ ਘਰਾਂ 'ਚ ਨਜ਼ਰਬੰਦ ਕੀਤਾ ਗਿਆ, ਇਹੋ ਜਿਹੀਆਂ ਖਬਰਾਂ ਆ ਰਹੀਆਂ ਸੀ ਕਿਸਾਨ ਲੀਡਰਾਂ ਨੂੰ। ਅਤੇ ਜਦੋਂ ਇਹੋ ਜਿਹੀ ਹਾਲਾਤ ਹੋ ਗਈ ਵੋਟਾਂ 'ਤੇ ਕਿੱਥੇ ਇੱਥੇ ਤਾਂ ਬਚਾਅ ਦੀ ਲੜਾਈ ਆ, ਹੋਣ ਦੀ ਲੜਾਈ ਆ, ਉਸ ਕਿਸਮ ਦਾ ਮੈਨੂੰ ਓਵਰਆਲ ਲੱਗਦਾ। ਰਹੀ ਗੱਲ ਹੁਣ
ਸਿਮਰਨਜੀਤ ਸਿੰਘ ਮਾਨ ਉਹਨਾਂ ਦੀ, ਉਹ ਆਪ ਗੁਰੂ ਘੰਟਾ ਲੈ ਗਏ ਆ। ਇਹ ਗੱਲ ਜ਼ਰੂਰ ਆ ਰਹੀ ਹੈ ਕਿ ਉਹ ਵੀ ਸ਼ਾਇਦ ਕੁਛ ਵੋਟਾਂ ਕਾਫੀ ਲਿਜਾ ਸਕਦੇ। ਹੁਣ ਉਹ ਕਿਹਦੀਆਂ ਲਿਜਾਣਗੇ? ਕੁਛ ਤਾਂ ਉਹ ਆਪਣੀਆਂ ਹੀ ਲਿਜਾਣਗੇ ਜਿਹੜੀਆਂ ਉਹਨਾਂ ਨੂੰ ਪੁਰਾਣੇ ਹਰ ਵਾਰੀ ਪੈਂਦੀਆਂ। ਕੁਛ ਉਹ ਵੋਟਾਂ ਆਮ ਦੀ ਆਮ ਆਦਮੀ ਪਾਰਟੀਆਂ ਅਤੇ ਅਕਾਲੀ ਦਲ ਦੀਆਂ ਵੀ ਲੈ ਜਾਣਗੇ। ਇਸ ਕਰਕੇ ਜੇ ਹਵਾ ਜਿਸ ਤਰ੍ਹਾਂ ਅੰਮ੍ਰਿਤਪਾਲ ਦੀ ਤਾਂ ਫਿਰ ਇਸੇ ਕਿਸਮ ਦੀ ਉੱਥੇ ਗੱਲਾਂ ਬਾਤਾਂ ਚੱਲਦੀਆਂ ਕਿ ਉੱਥੇ ਵੀ ਕੋਈ ਬੇਅੰਤ ਸਿੰਘ ਦਾ ਬੇਟਾ ਫਰੀਦਕੋਟ ਦੇ ਵਿੱਚ ਖੜਾ ਹੋਇਆ ਹੋਇਆ ਇੰਡੀਪੈਂਡੈਂਟ ਕੈਂਡੀਡੇਟ ਦੇ ਤੌਰ 'ਤੇ, ਕਹਿੰਦੇ ਉਹਦੀ ਵੀ ਚਰਚਾ ਚੱਲ ਰਹੀ ਹੈ। ਹੁਣ ਜਦੋਂ ਇਹ ਵਿੱਚ ਅੰਡਰ ਕਰੰਟਸ ਨਵੀਆਂ ਅਤੇ ਕਰੋਸ ਕਰੰਟਸ ਚੱਲਦੀਆਂ ਨਾ, ਉਹ ਫਿਰ ਇੱਕ ਆਪਣੀ ਕਿਸਮ ਦਾ ਮਾਹੌਲ ਪੈਦਾ ਕਰਦੀਆਂ ਅਤੇ ਉਹਦਾ ਮਿਊਚੁਅਲੀ ਫਾਇਦਾ ਹੁੰਦਾ। ਉਸ ਉਹਨਾਂ ਗੱਲਾਂ ਦਾ ਕੀ ਸਿਮਰਨਜੀਤ ਸਿੰਘ ਮਾਨ ਵੀ ਫਾਇਦਾ ਲੈ ਜਾਂਦੇ ਆ, ਪਰ ਇੱਕ ਗੱਲ ਸਾਫ਼ ਹੈਗੀ ਹੈ ਕਿ ਪਿਛਲੀ ਵਾਰ ਵਾਲੀ ਗੱਲ ਤਾਂ ਬਿਲਕੁਲ ਨਹੀਂ ਬਣਨੀ, ਚੋਣ ਜਿੱਤਣ ਵਾਲੀ ਗੱਲ ਵੀ ਨਹੀਂ ਲੱਗਦੀ। ਕਾਰਨ ਬੜਾ ਸਾਫ਼ ਹੁੰਦਾ ਆ, ਜਿਹੜੀਆਂ ਉਹਨਾਂ ਨੂੰ ਵੋਟਾਂ ਪਈਆਂ ਉਹ ਇੱਕ ਉਹਨਾਂ ਨੂੰ ਵੋਟਾਂ ਨਹੀਂ ਪਈਆਂ, ਜਿਵੇਂ ਪਿਛਲੀ ਵਾਰੀ 2022 'ਚ ਵੋਟਾਂ ਸਟੇਟ ਅਸੈਂਬਲੀ 'ਚ ਆਮ ਆਦਮੀ ਪਾਰਟੀ ਨੂੰ ਨਹੀਂ ਪਈਆਂ, ਲੋਕਾਂ ਨੇ ਦੂਜਿਆਂ ਨੂੰ ਹਰਾਉਣ ਲਈ ਇਹਨਾਂ ਨੂੰ ਵੋਟਾਂ ਪਾ ਦਿੱਤੀਆਂ, ਸਮਝ ਗਏ? ਉਹਨਾਂ ਨੇ ਹਰਾਉਣਾ ਸੀ, ਕਿਤੇ ਵੋਟਾਂ ਪਾਉਣੀਆਂ। ਉਹਨਾਂ ਨੇ ਕਿਹਾ ਇਹਨਾਂ ਨੂੰ ਝਾੜੂ ਵਾਲਿਆਂ ਨੂੰ ਪਾਓ ਯਾਰ, ਬੜੇ ਦੇਰ ਦੇ ਤਰਲੇ ਜੇ ਮਾਰਦੇ ਫਿਰਦੇ, ਕਈ ਸਾਲ ਹੋ ਗਏ ਆ, ਇਹਨਾਂ ਨੂੰ ਇੱਕ ਵਾਰੀ ਇਹਨਾਂ ਦਾ ਸਵਾਦ ਦੇਖੀਏ ਵੀ ਇਹ ਸੱਚੇ ਆ ਕਿ ਝੂਠੇ ਆ। ਉਹ ਦੇਖ ਲਿਆ ਲੋਕਾਂ ਨੇ, ਉਹਦਾ ਨੁਕਸਾਨ ਸਾਰੀ ਜਗ੍ਹਾ, ਉਹ ਚੁਣੌਤੀ ਸਾਰੀ ਜਗ੍ਹਾ ਰਹਿਣੀ ਆ ਆਮ ਆਦਮੀ ਪਾਰਟੀ ਦੇ ਕੈਂਡੀਡੇਟਸ ਨੂੰ। ਇਸੇ ਤਰ੍ਹਾਂ ਹੀ ਜਿਹੜੇ ਇਹ ਸਿਮਰਨਜੀਤ ਸਿੰਘ ਮਾਨ ਹੈਗੇ ਆ, ਉਹਨਾਂ ਨੂੰ ਸਿੱਧੂ ਮੂਸੇਵਾਲੇ ਦੀਆਂ ਵੋਟਾਂ ਜ਼ਿਆਦਾ ਪਈਆਂ। ਅੱਛਾ ਹਾਂ, ਉਹ ਬਹੁਤ ਵੱਡਾ ਸੀਗਾ, ਉਹ ਸਿੱਧੂ ਮੂਸੇਵਾਲੇ ਦਾ ਗੁੱਸਾ ਕੱਢਣਾ ਚਾਹੁੰਦੇ ਸੀ, ਪਰ ਰਵਾਇਤੀ ਵੋਟਾਂ ਰਵਾਇਤੀ ਪਾਰਟੀਆਂ ਨੂੰ ਨਹੀਂ ਸੀ ਪਾਉਣੀਆਂ ਚਾਹੁੰਦੇ। ਉਹਨਾਂ ਨੇ ਕਿਹਾ ਯਾਰ ਇਹਨਾਂ ਨੂੰ ਜਿਤਾ ਦਿਓ। ਇਸ ਤਰੀਕੇ ਨਾਲ ਉਦੋਂ ਜਿਹੜੀਆਂ ਵੱਡੇ ਪੱਧਰ 'ਤੇ ਵੋਟਾਂ ਪੈ ਗਈਆਂ, ਕੋਈ ਉਹਨਾਂ ਦੀ ਆਪਣੀ ਕਾਰਨਾਮੇ ਦੀ, ਕਾਰਗੁਜ਼ਾਰੀ ਦੀ, ਕੰਮਾਂ ਦੀ ਜਾਂ ਪਾਰਟੀ ਦੇ ਵਿਚਾਰ ਦੀ ਜਾਂ ਪ੍ਰੋਗਰਾਮ ਨੂੰ ਉਹ ਵੋਟਾਂ ਨਹੀਂ ਸੀ ਪਈਆਂ। ਇਸ ਕਰਕੇ ਮੈਨੂੰ ਲੱਗਦਾ ਕਿ ਉਹ ਫਿਰ ਵੀ ਠੀਕ ਠਾਕ ਰਹਿਣਗੇ, ਪਰ ਠੀਕ ਠਾਕ ਦੇ ਨਾਲ ਇੰਨਾ ਵੀ ਨਹੀਂ ਹੋ ਜਾਣਗੇ ਕਿ ਉਹ ਜਿੱਤ ਜਾਣ। ਅੱਛਾ, ਮੈਂ ਜਾਂਦੇ ਜਾਂਦੇ ਇਹੀ ਸਵਾਲ ਕਰਨਾ, ਛੋਟਾ ਜਿਹਾ ਇਹਦੇ ਤੋਂ ਛੋਟੀ ਟਿੱਪਣੀ ਕਰਿਓ ਭਾਵੇਂ ਸਮੇਂ ਸੀਮਤ ਦੇ ਵਿੱਚ, ਕਿ ਸਿੱਧੂ ਮੂਸੇਵਾਲੇ ਦਾ ਫੈਕਟਰ ਤੇ ਦੀਪ ਸਿੱਧੂ ਵਾਲਾ, ਇਹ ਦੋਵੇਂ ਇੱਥੇ ਕੰਮ ਕੀਤੇ ਸੰਗਰੂਰ ਦੇ ਵਿੱਚ। ਹੁਣ ਸਿੱਧੂ ਮੂਸੇਵਾਲੇ ਦੇ ਪਿਤਾ ਉੱਧਰ ਬਠਿੰਡੇ ਵੀ ਪ੍ਰਚਾਰ ਕਰ ਰਹੇ ਨੇ ਜੀਤ ਭਿੰਦਰ ਸਿੱਧੂ ਲਈ, ਤੇ ਇੱਥੇ ਸੰਗਰੂਰ ਦੇ ਵਿੱਚ ਵੀ ਸੁਖਪਾਲ ਖਹਿਰਾ ਲਈ ਪ੍ਰਚਾਰ ਕਰਦੇ ਨੇ। ਇਸ ਮਤਲਬ ਕਿ ਇਹ ਫੈਕਟਰ ਕੀ ਹੁਣ ਕੰਮ ਕਰੇਗਾ, ਉਹ ਅਸਰ ਅੰਦਾਜ਼ ਰਹਿ ਗਿਆ ਹੁਣ ਉਸ ਚੀਜ਼ ਦਾ? ਦੇਖੋ, ਨੁਕਸਾਨ ਤੇ ਉਹਦਾ ਕੋਈ ਨਹੀਂ ਹੈ ਪਹਿਲੀ ਗੱਲ, ਕਿੰਨਾ ਕੁ ਅਸਰ ਕਰੂਗਾ, ਲੈਂਡਸਲਾਈਡ ਨਹੀਂ ਕਰੂਗਾ, ਪਰ ਫਿਰ ਵੀ ਅਸਰ ਕਰੂਗਾ, ਕਿਉਂਕਿ ਉਹਨਾਂ ਦੀ ਫੈਨ ਫੋਲੋਇੰਗ ਬਹੁਤ ਆ, ਉਹਨਾਂ ਦਾ ਇੱਕ ਆਪਣਾ ਰੈਪੂਟੇਸ਼ਨ ਹੈ। ਹੁੰਦਾ ਕੀ ਹੈ ਕਿ ਜੇ ਤੇ ਉਹ ਆਪ ਖੜੇ ਹੁੰਦੇ ਫਿਰ ਤੇ ਲੋਕਾਂ ਨੇ ਵੋਟਾਂ ਪਾ ਦੇਣੀਆਂ ਸੀ, ਪਰ ਜਦੋਂ ਤੁਸੀਂ ਆਪਣੇ ਰੈਪੂਟੇਸ਼ਨ ਨੂੰ ਐਟ ਸਟੇਕ ਉਹਨਾਂ ਪਾਰਟੀਆਂ ਲਈ ਵਰਤਦੇ ਆ, ਫਿਰ ਉਹ ਉਹਨਾਂ ਉਸ ਤਰੀਕੇ ਨਾਲ ਨਹੀਂ ਲੋਕਾਂ 'ਚ ਜੋਸ਼ ਆਉਂਦਾ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕਿ ਯਾਰ ਇਹ ਜਿਹੜਾ ਅਸੀਂ ਇਹਨਾਂ ਨੂੰ ਇੱਕ ਭਰੋਸਾ ਜਾਂ ਇਹਨਾਂ ਦੇ ਨਾਲ ਜੁੜੇ ਹੋਏ ਆ, ਇਹਨਾਂ ਦੇ ਇੱਕ ਬਹੁਤ ਵੱਡੀ ਟ੍ਰੈਜਡੀ ਹੋਈ ਆ, ਇਹ ਉਸ ਨੂੰ ਕਿਸੇ ਦੂਸਰੇ ਲਈ ਪੋਲੀਟੀਕਲ ਪ੍ਰਚਾਰ ਲਈ ਵਰਤ ਰਹੇ ਆ। ਅਸਰ ਤੇ ਪੋਜ਼ਿਟਿਵ ਹੀ ਹੋਊਗਾ, ਪਰ ਉਹ ਲੈਂਡਸਲਾਈਡ ਨਹੀਂ ਹੋਊਗਾ। ਪਿਛਲੀ ਵਾਰੀ ਵੀ ਇਹਨਾਂ ਨੇ ਥੋੜੀ ਕਿਸੇ ਨੂੰ ਕਿਹਾ ਸੀ ਕੁਛ, ਉਹਦੇ ਲੋਕਾਂ ਨੇ ਆਪ ਵੋਟਾਂ ਪਾ ਦਿੱਤੀਆਂ ਗੁੱਸੇ ਦੇ ਵਿੱਚ ਵੀ ਆਮ ਆਦਮੀ ਪਾਰਟੀ ਨੇ ਬੰਦੇ ਮਰਵਾ ਤੇ, ਬੰਦਾ ਮਰਵਾ ਤਾ, ਸਾਡਾ ਨੌਜਵਾਨ ਮਰਵਾ ਤਾ, ਇਹਨਾਂ ਨੇ ਸਿਕਿਉਰਿਟੀ, ਉਸ ਗੱਲ ਦਾ ਅਸਰ ਜ਼ਿਆਦਾ ਚੱਲ ਗਿਆ ਸੀ ਤੇ ਪਬਲਿਕ ਕਰਤਾ, ਉਹ ਜਿਹੜਾ ਰਿਐਕਸ਼ਨ 'ਚ ਸਾਰਾ ਹੋਇਆ ਸੀ। ਹੁਣ ਉਸ ਰਿਐਕਸ਼ਨ ਦੇ ਵਿੱਚ, ਉਸ ਪਿਛਲੀ ਵਾਰ ਦਾ ਰਿਐਕਸ਼ਨ ਸੰਗਰੂਰ 'ਚ ਹੋ ਸਕਦਾ ਅਜੇ ਵੀ ਕੁਛ ਨਾ ਕੁਛ ਹੋਵੇ ਐਂਟੀ, ਜਿਹਦਾ ਕਿ ਮੀਤੀਆਰ ਨੂੰ ਨੁਕਸਾਨ ਹੋ ਸਕਦਾ, ਪਰ ਉਹਦਾ ਫਾਇਦਾ ਸਿਮਰਨਜੀਤ ਸਿੰਘ ਮਾਨ ਨੂੰ ਉਸ ਰੂਪ 'ਚ ਨਹੀਂ ਹੋਊ।
ਸ਼ੁਕਰੀਆ ਪ੍ਰੋਫੈਸਰ ਸਾਹਿਬ, ਧੰਨਵਾਦ ਤੁਹਾਡਾ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ ਤੁਹਾਡਾ, ਤੁਹਾਡੀ ਸਾਰੀ ਟੀਮ ਦਾ, ਸਾਡੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ।